ਸਹਿਣਾ ਉਹੀ ਪਿੰਡ ਆ ਜਿੱਥੇ ਆਮ ਆਦਮੀ ਪਾਰਟੀ ਦੇ ਕ ਐਮ ਐਲ اے ਦੀ ਵੀਡੀਓ ਵਾਇਰਲ ਹੋਈ ਸੀ ਐਮ ਐਲ اے ਲਾਭ ਸਿੰਘ ਉਹ ਗੋਕੇ ਸਰਪੰਚ ਦੇ ਪੁੱਤਰ ਨੂੰ ਆਖਦੇ ਨੇ ਕਿ ਮਾਰ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਉਸੇ ਪਿੰਡ ਦੀ ਸਰਪੰਚ ਨੂੰ ਮੁਤਲ ਕਰ ਦਿੱਤਾ ਗਿਆ ਇਲਜ਼ਾਮ ਲਾ ਰਹੇ ਅੱਭੀ 2 ਸਾਲ ਪੁਰਾਣੇ ਦਰਖਤ ਪੱਟ ਕੇ ਖੁਰਦਪੁਰਦ ਕਰਤੇ ਖੁਰਦਪੁਰਦ ਕਿੱਥੇ ਕੀਤਾ ਕੋਈ ਉਹਦਾ ਪ੍ਰੂਫ ਕੋਈ ਉਹਦਾ ਸਬੂਤ ਮੇਰੇ ਕੋਲੇ ਤਾਂ ਖੜਿਆ ਮੇਰੇ ਪਿੰਡ ਦੇ ਲੋਕ ਇਹ ਜਸਟਿਸ ਆ ਕੋਈ ਜਸਮਾ ਦੀ ਕਾਪੀ ਦਿਓ ਉਹਦਾ ਸਬੂਤ ਦਿਓ ਵੀ ਆਹ ਬੰਦਾ ਕਹਿੰਦਾਗਾ ਆਹ ਬੰਦੇ ਨੂੰ ਤੁਸੀਂ ਵੇਚੇ ਨੇ ਆ ਖੜੇ ਨੇ ਮੇਰੇ ਪਿੰਡ ਦੇ ਸਤਕਾਰਯੋਗ ਕਮੇਟੀਆਂ ਦੇ ਬੰਦੇ ਗੁਰਦੁਆਰਾ ਪਾਸੇ ਛੇਮੀ ਦੇ ਪ੍ਰਧਾਨ ਖੜੇ ਨੇ ਬਾਬਾ ਜੀਵਨ ਸਿੰਘ ਦੇ ਪ੍ਰਧਾਨ ਖੜੇ ਨੇ ਸੋ ਇਥੋਂ ਦਰਖਤ ਇਹ ਲੈ ਗਈ ਮੈਂ ਕਿਹਾ ਵੀ ਗੁਰਦੁਆਰਾ ਸਾਹਿਬ ਲੰਗਰ ਚ ਜਾਣੇ ਦਰਖਤ ਲੰਗਰ ਦੀ ਜਿੱਥੇ ਸੇਵਾ ਹੁੰਦੀ ਆ ਕਾਰ ਸੇਵਾ ਉਥੇ ਇਹਨਾਂ ਦਾ ਜਿਹੜਾ ਸਦ ਪਯੋਗ ਹੋਵੇ ਸਵਾਜੇ ਤਾਂ ਸਿੱਖ ਵਿਰੋਧੀ ਗੁਰਦੁਆਰਿਆਂ ਚ ਜੇ ਅਸੀਂ ਕੋਈ ਚੀਜ਼ ਦੇ ਲਈ ਤਾਂ ਸਾਨੂੰ ਸਰਕਾਰ ਮੌਤਲ ਕਰ ਦਿਆ ਸ਼ੇਮ ਸ਼ੇਮ ਜਿਹੜੇ ਤੁਸੀਂ ਨਰਖਤ ਪੱਟ ਕੇ ਦਿੱਤੇ ਤੁਸੀਂ ਕਿਸੇ ਸੈਕਟਰੀ ਦੀ ਵੀਡੀਓ ਪੀ ਵੀਡੀਪੀਓ ਦੀ ਮਨਜ਼ੂਰੀ ਲਈ ਸੀ ਕਿਸੇ ਤੋਂ ਪੁੱਛਿਆ ਸੀ ਜਾਂ ਕੀ ਤੁਸੀਂ ਪਿੰਡ ਦੀ ਜਿਹੜੀ ਪੰਚਾਇਤ ਸੀ ਉਹਦੇ ਨਾਲ ਸਲਾਹ ਕੀਤੀ ਜਾਂ ਤੁਸੀਂ ਪੱਟ ਕੇ ਜਿਹੜੇ ਪੈ ਸੀ ਸਿੱਧੇ ਤੁਸੀਂ ਕਮੇਟੀ ਨੂੰ ਚੁਕਾਤੇ ਗੁਰਦਾਰਾ ਸਾਹਿਬ ਦੀ ਨਹੀਂ ਜੀ ਇਹ ਇਹ ਦੇਖ ਲਓ ਇਹ ਅਸੀਂ ਮਤਾ ਪਾਇਆ 4 ਮਾਰਚ 2020 ਨੂੰ ਸੋ ਸਾਰੇ ਪੰਚਾਇਤ ਨੇ ਇਸ ਨੂੰ ਤਾਇਦ ਕੀਤਾ ਵੀ ਹਾਂ ਗੁਰਦੁਆਰਾ ਸਾਹਿਬ ਨੂੰ ਦਿੱਤੇ ਜਾਣ ਧਰਮਪੁੰਨ ਵਾਲੀ ਜਗਾਹ ਗਈ ਸੋ ਕੀ ਉੱਥੇ ਕੀ ਹਤਕ ਹੋ ਗਈ ਉੱਥੇ ਸਾਰੀ ਪੰਚਾਇਤ ਦਾ ਸਿਗਨੇਚਰ ਹੈ ਮਤਾ ਪਾਇਆ ਗਿਆ ਮਤਾ ਪਾ ਕੇ ਉਸ ਨੂੰ ਦਿੱਤੇ ਗਏ ਇਹਨਾਂ ਨੇ ਵੀ ਵੱਢ ਕੇ ਵੀ ਸਿੱਟਿਆ ਅਸੀਂ ਆਪ ਵੀ ਵੱਢ ਕੇ ਲਿਕੇ ਗਏ ਆ ਇਹਨਾਂ ਨੇ ਸਾਡੇ ਕੋਲ ਹੀ ਇਹਨਾਂ ਦੇ ਹੱਥ ਪਈ ਵੀ ਆ ਸਾਡੇ ਕੋਲ ਹੀ ਉੱਥੇ ਕੋਈ ਅਹੀ ਜੀ ਗੱਲ ਨਹੀਂ ਹੈ ਸਾਡੇ ਕੋਲ ਪਈ ਵੀ ਹੈਗੇ ਉੱਥੇ ਕੁਝ ਨਾ ਕੁਝ ਪਰ ਸਾਰੇ ਸਾਡੇ ਸਾਡੀ ਕੋਈ ਆਈਆ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਤੁਹਾਨੂੰ ਫ੍ਰੀ ਦਿੱਤੇ ਕਿੰਨੇ ਗੁਰਦੁਆਰੇ ਬਿਲਕੁਲ ਫ੍ਰੀ ਦਿੱਤੇ ਸਰਪੰਚ ਸਾਹਿਬ ਨੇ ਤੁਹਾਨੂੰ ਵੀ ਦਰਖਤ ਉਹਨੇ ਦਿੱਤੇ ਹਾਂ ਉਹਨੇ ਦਿੱਤੇ ਕਿ ਮੁਕਤ ਦਿੱਤੇ ਹੈ ਕੋਈ ਪੈਸਾ ਨਹੀਂ ਦੇ ਸਕਦਾ ਪਰ ਇਹ ਤਾਂ ਸਰਕਾਰ ਤਾਂ ਕਹਿ ਰਹੀ ਹੈ ਕਿ ਸਰਪੰਚ ਪੈਸੇ ਖਾ ਗਿਆ ਇਹਨਾਂ ਦਾ ਮਹਿਕਮਾ ਤਾਂ ਕਹ ਰਿਹਾ ਪੰਚਾਇਤ ਪੈਸੇ ਨਹੀਂ ਖਾਦਾ ਨਾ ਨਹੀਂ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਹੋ ਹਾਂਜੀ ਹਾਂ ਆਮ ਆਦਮੀ ਪਾਰਟੀ ਦੇ ਸਮਰਥਕ ਹਾਂ ਜੀ ਤੇ ਸਾਰੇ ਦਰਖਤ ਅਸੀਂ ਗੁਰੂ ਘਰਾਂ ਨੂੰ ਦਿੱਤੇ ਜੀ ਹਾਂਜੀ ਪਰ ਚਲੋ ਤੁਸੀਂ ਉਹਨਾਂ ਦੇ ਸਮਰਥਕ ਹੋ ਤੁਹਾਡੀ ਪਾਰਟੀ ਦੀ ਸਰਕਾਰ ਆ ਤਾਂ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਅਸੀਂ ਤਾਂ ਇਹੀ ਕਹਿੰਦੇ ਆ ਜੀ ਨਜਾਇਜ਼ ਆ ਇਹ ਜੀ ਜਿਹੜਾ ਮਤਲਬ ਉਹ ਕਰਿਆ ਜੀ ਕਹਿੰਦੇ ਵੀ ਨਜਾਇਜ਼ ਕਰਿਆ ਸਰਪੰਚ ਸਾਹਿਬ ਨੂੰ ਤੁਸੀਂ ਦੱਸੋ ਇੱਕ ਇਲਜ਼ਾਮ ਮੇਰੇ ਤੇ ਲਾਇਆ ਇਹਨਾਂ ਨੇ ਵੀ ਆਪਣੇ ਮਾਤਾ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਇਹ ਕਿਹੜੇ ਕਾਨੂੰਨ ਚ ਲਿਖਿਆ ਵੀ ਮੈਂ ਆਪਣੇ ਪੇਰੈਂਟਸ ਦਾ ਸਾਥ ਨਹੀਂ ਦੇ ਸਕਦਾ ਮੈਂ ਆਪਣੀ ਸੀਨੀਅਰ ਸਿਟੀਜ਼ਨ ਮਾਤਾ ਦੇ ਨਾਲ ਖੜ ਕੇ ਕੰਮ ਨਾ ਕਰਾ ਸਕਾਂ ਉਹ ਗੱਲ ਤਾਂ ਜੇ ਕਿਤੇ ਮੇਰੇ ಮತਿਆਂ ਚ ਸੈਣਾਂ ਜੇ ਕਿਤੇ ਚੇਕਾਂ ਚ ਸਾਇਨਾ ਉਹੇ ਜੇ ਸਾਬਤ ਕਰੋ ਨਾ ਤੁਸੀਂ ਫਿਰ ਮੈਨੂੰ ਸਸਪੈਂਡ ਕਰੋ ਇਹ ਸਸਪੈਂਡ ਕਿਉਂ ਕਿਉਂ ਕੀਤਾ ਕਿ ਤੁਸੀਂ ਅੜਿੱਕਾ ਬਣਦੇ ਹੋ ਸਰਕਾਰੀ ਕੰਮਾਂ ਚ ਅੜਿੱਕਾ ਬਣਦੇ ਹੋ ਤੁਸੀਂ ਨਹੀਂ ਅੜਿੱਕਾ ਦਾ ਕੋਈ ਪ੍ਰੂਫਤਾ ਦਿਓ ਉਹ ਬੰਦਾ ਮੇਰੇ ਕੋਲੇ ਫੋਨ ਤੇ ਮੰਨ ਰਿਹਾ ਮੈਂ ਤਾਂ ਸ਼ਿਕਾਇਤ ਹੀ ਨਹੀਂ ਕਰਦਾ ਭਰਾ ਆਪਾਂ ਨੂੰ ਲੜਾ ਰਹੇ ਨੇ ਉਹਦੀ ਹਾਲਾਂਕਿ ਬੀ ਡੀ ਪੀਓ ਵੱਲੋਂ ਤੁਹਾਡੇ ਮਾਤਾ ਜੀ ਸਰਪੰਚ ਨੇ ਉਹਨਾਂ ਨੂੰ ਪੱਤਰ ਜਾਰੀ ਕੀਤਾ ਜਾਂਦਾ ਕਿ ਤੁਹਾਡੇ ਪੁੱਤਰ ਖਿਲਾਫ ਸ਼ਿਕਾਇਤ ਆਈ ਆ ਤੇ ਤੁਹਾਡੇ ਮਾਤਾ ਜੀ ਵੱਲੋਂ ਜਵਾਬ ਵੀ ਦਿੱਤਾ ਜਾਂਦਾ ਤੁਹਾਡੇ ਵੱਲੋਂ ਵੀ ਪਰ ਉਹ ਬੰਦਾ ਜਿਹੜਾ ਵੀਡੀਓ ਸਾਹਿਬ ਨੇ ਕਿਹਾ ਸੀ ਕਿ ਜਿਸ ਦੀ ਸ਼ਿਕਾਇਤ ਆ ਉਹਦੇ ਨਾਲ ਕਦੇ ਗੱਲਬਾਤ ਹੋਈ ਉਹ ਕੀ ਕਹਿੰਦਾ ਉਹਦੇ ਨਾਲ ਕਿਤੇ ਆਮਣੇ ਉਹਦੇ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਦੀ ਰਿਕਾਰਡਿੰਗ ਲਓ ਮੈਥੋਂ ਉਹ ਤਾਂ ਕਹਿੰਦਾ ਭਰਾਵਾ ਆਪਾਂ ਨੂੰ ਲੜਾ ਰਹੇ ਆ ਮੇਰੀ ਤਾਂ ਕੋਈ ਸ਼ਿਕਾਇਤ ਹੀ ਨਹੀਂ ਤੇਰੇ ਖਿਲਾਫ ਵੈਸੇ ਨਹੀਂ ਕਦੇ ਬਹਿ ਕੇ ਯਾਰ ਐਮਐਲਏ ਕੋਲੇ ਜਾ ਕੇ ਵੀ ਆਪ ਆ ਪਿਆਰ ਆਪ ਬਹਿਨੇ ਆਪਾਂ ਤਾਂ ਕੰਮ ਦੀ ਗੱਲ ਕਰਦੇ ਆ ਕੋਈ ਪਿੰਡ ਨੂੰ ਅੱਗੇ ਵਧਣ ਦੀ ਗੱਲ ਕਰੇ ਨਾਲੇ ਸਰਪੰਚ ਕਦੋਂ ਤੋਂ ਹੋ ਗਏ ਪਾਰਟੀਆਂ ਦੇ ਕਾਲੀ ਕਾਂਗਰਸੀ ਇਹ ਕਿਹੜਾ ਕਿਸੇ ਦੀ ਟਿਕਟ ਤੇ ਲੜਦੇ ਆ ਵੈਸੇ ਇਹ ਚੀਜ਼ਾਂ ਨੂੰ ਤੁਸੀਂ ਪਿੱਛੇ ਛੱਡ ਦਿਓ ਜਾ ਕੇ ਐਮਐਲਏ ਨਾਲ ਹੱਥ ਮਿਲਾਓ ਯਾਰ ਜਿੱਥੇ ਤੁਹਾਨੂੰ ਅੱਜ 4 ਪੈਸੇ ਘੱਟ ਮਿਲਦੇ ਉੱਥੇ ਵੱਧ ਮਿਲ ਕਰੋ ਕੰਮ ਤੁਸੀਂ ਜਿਹੜਾ ਮੇਰੇ ਪਿੰਡ ਦੇ ਵਿਕਾਸ ਜੀ ਦੁਸ਼ਮਣ ਵੀ ਹੱਥ ਬਟਾਏਗਾ ਨਾ ਸਰਪੰਚ ਨੰਗੇ ਪੈਰੀ ਦੰਡੋਟ ਕਰਦਾ ਉਹਦੇ ਕੋਲੇ ਜਾਏਗਾ ਫਿਰ ਐਮਐਲਏ ਕੋਲੇ ਕਿਉਂ ਨਹੀਂ ਜਾਂਦਾ ਜੇ ਮੇਰੇ ਅਗਲੇ ਇਲੈਕਸ਼ਨ ਡੰਕੇ ਦੀ ਝੋਟ ਤੇ ਲੜਾਂਗਾ ਲਾਭ ਸਿੰਘ ਉਗੋਕੇ ਨੂੰ ਤੁਹਾਡੇ ਮਾਧਿਅਮ ਰਹੀਂ ਸਰਕਾਰੀ ਬੰਦਿਆਂ ਨੂੰ ਇੱਕੋ ਹੀ ਚੈਲੰਜ ਕਰਦਾ ਕੋਈ ਇਹ ਨਾ ਕਹੋ ਵੀ ਛੋਟੀ ਮੂੰਹ ਵੱਡੀ ਗੱਲ ਪਰ ਲੋਕਾਂ ਦੇ ਸਿਰ ਤੇ ਬੋਲ ਰਿਹਾ ਆਪ ਦਾ ਬੰਦਾ ਖੜਾ ਕਰੇ ਇਲੈਕਸ਼ਨ ਲੜੂਗਾ ਜੇ ਹਾਰ ਗਿਆ ਪਿੰਡ ਨਹੀਂ ਪੜਦਾ ਪਿੰਡ ਨੂੰ ਮੂੰਹ ਨਹੀਂ ਦਿਖਾਉਂਦਾ ਪਰ ਦੱਸ ਜੇ ਲਾਭ ਤੇਰਾ ਬੰਦਾ ਹਾਰਦਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗगन ਦੀ ਬਟੋਲ ਅੱਜ ਅਸੀਂ ਖੜੇ ਆ ਪਿੰਡ ਸਹਿਣਾ ਦੇ ਵਿੱਚ ਸਹਿਣਾ ਉਹੀ ਪਿੰਡ ਆ ਜਿੱਥੇ ਆਮ ਆਦਮੀ ਪਾਰਟੀ ਦੇ ਕ ਐਮ ਐਲ ਏ ਦੀ ਵੀਡੀਓ ਵਾਇਰਲ ਹੋਈ ਸੀ ਐਮ ਐਲ ਏ ਲਾਭ ਸਿੰਘ ਉਗੋ ਕੇ ਸਰਪੰਚ ਦੇ ਪੁੱਤਰ ਨੂੰ ਆਖਦੇ ਨੇ ਕਿ ਮਾਰ ਮਾਰ ਲਫੜੇ ਤੈਨੂੰ ਅੰਦਰ ਸੱਟਿਆ ਹੁੰਦਾ ਇਹ ਉਹੀ ਪਿੰਡ ਆ ਤੇ ਅੱਜ ਉਸੇ ਪਿੰਡ ਦੀ ਸਰਪੰਚ ਨੂੰ ਮੁਤਲ ਕਰ ਦਿੱਤਾ ਗਿਆ ਕੀ ਕਾਰਨ ਹੈ ਮੁਤਲੀ ਦੇ ਕੀ ਇਹ ਕੋਈ ਸਿਆਸੀ ਰੰਜਿਸ਼ ਆ ਜਾਂ ਕੋਈ ਸਰਪੰਚ ਨੇ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਕੰਮ ਕੀਤੇ ਤਾਂ ਇਸ ਵੇਲੇ सरपंच मलकित कौर ਦੇ ਪੁੱਤਰ ਨੇ ਜਿਹੜੇ ਸੁਖਿੰਦਰ ਸਿੰਘ ਮੇਰੇ ਨਾਲ ਨੇ ਗੱਲਬਾਤ ਆਪ ਉਹਨਾਂ ਨਾਲ ਕਰਦੇ ਹਸਤੀਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਜਿੰਨੇ ਚੈਨਲ ਦੇਖਣ ਵਾਲੇ ਆ ਉਹਨਾਂ ਦਾ ਬੜਾ ਅਦਬ ਤੇ ਸਤਿਕਾਰ ਸੋ ਜਿਸ ਤਰ੍ਹਾਂ ਕਿਹਾ ਗਿਆ ਦੁਨੀਆ 'ਚ ਕਿਹਾ ਜਾਂਦਾ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਸੋ ਜਦੋਂ ਅਸੀਂ ਪੰਚਾਇਤਾਂ 'ਚ ਕੰਮ ਕਰਦੇ ਆ ਜਾਂ ਆਪਣੇ ਪੇਰੈਂਟਸ ਦਾ ਸਹਿਯੋਗ ਕਰਦੇ ਆ ਸੋ ਦੇਖਿਆ ਵੀ ਇੱਥੇ ਲੋਕਰਾਜ ਦਾ ਜਿਸ ਤਰ੍ਹਾਂ ਘਾਣ ਹੁੰਦਾ ਦੁਨੀਆ 'ਚ ਸ਼ਾਇਦ ਕਿਤੇ ਨਾ ਹੁੰਦਾ ਜੀ ਮੈਂ ਜਦੋਂ ਹੀ ਮੈਨੂੰ ਕੱਲ ਖਬਰ ਮਿਲੀ ਤੁਹਾਡੇ ਨਾਲ ਮੈਂ ਸੰਪਰਕ ਕੀਤਾ ਕਿ ਤੁਹਾਡੇ ਮਾਤਾ ਜੀ ਸਰਪੰਚ ਨੇ ਮਲਕੀਤ ਕੌਰ ਸਰਪੰਚ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਕਿਹਾ ਗਿਆ ਕਿ ਇਹਨਾਂ ਦੀ ਜਗ੍ਹਾ ਤੇ ਮੈਂਬਰਾਂ ਦੇ ਵਿੱਚੋਂ ਕੋਈ ਹੋਰ ਸਰਪੰਚ ਚੁਣਿਆ ਜਾਵੇ ਕੀ ਕਾਰਨ ਇਹ ਮੁਤਲੀ ਦੇ ਤੁਹਾਨੂੰ ਨੋਟਿਸ ਮਿਲਿਆ ਦੇਖੋ ਇਹ ਬਦਲਾਖੋਰੀ ਦੀ ਨੀਤੀ ਆ ਸਿਆਸੀ ਰੰਜਿਸ਼ ਆ ਉਸ ਪੰਚਾਇਤ ਨੂੰ ਮੁਤਲ ਕੀਤਾ ਗਿਆ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ ਸੋ ਤੁਸੀਂ ਦੇਖ ਸਕਦੇ ਹੋ 13 ਮੈਂਬਰੀ ਪੰਚਾਇਤ ਆ ਸਾਡੀ ਸੋ 13 ਦੇ 13 ਮੈਂਬਰ ਨਾਲ ਸਟੈਂਡ ਕਰਦੇ ਆ ਉਸ ਪੰਚਾਇਤ ਨੂੰ ਮੌਤਲ ਕੀਤਾ ਗਿਆ ਡਾਇਰੈਕਟਰ ਦੁਆਰਾ ਸੋ ਕਿਸ ਨੇ ਡਾਇਰੈਕਟਰ ਨੂੰ ਅਧਿਕਾਰ ਦਿੱਤਾ ਜੀ ਮੈਨੂੰ ਕਿਸ ਨੇ ਡਾਇਰੈਕਟਰ ਨੇ ਤੁਨੇ ਚੁਣਿਆ ਮੇਰੇ ਮਾਤਾ ਜੀ ਨੂੰ ਡਾਇਰੈਕਟਰ ਨੇ ਤੁਨੇ ਮੇਰੇ ਮਾਤਾ ਜੀ ਨੂੰ ਕਿਸੇ ਸਰਕਾਰ ਨੇ ਚੁਣਿਆ ਮੇਰੇ ਮਾਤਾ ਜੀ ਨੂੰ ਕਿਸੇ ਐਮਐਲਏ ਐਮਪੀ ਸੀਐਮ ਨੇ ਚੁਣਿਆ ਮੇਰੇ ਮਾਤਾ ਜੀ ਨੂੰ ਚੁਣਿਆ ਮੇਰੇ ਪਿੰਡ ਦੇ ਲੋਕਾਂ ਨੇ ਸੋ ਇਹ ਲੋਕਾਂ ਦਾ ਪੰਜਾਬ ਦੇ ਸਭ ਤੋਂ ਵੱਡਾ ਜਿਹੜਾ ਪਿੰਡ ਆ ਉਸ ਦੇ ਲੋਕਾਂ ਦਾ ਨਰਾਦਰ ਕਿਸ ਤਰ੍ਹਾਂ ਇਹ ਸਰਕਾਰ ਕਰ ਰਹੀ ਆ ਉਹ ਇਹ ਬਦਲਾਖੋਰੀ ਨਹੀਂ ਤਾਂ ਹੋਰ ਕੀ ਆ ਸੋ ਅਸੀਂ ਤੁਹਾਡੇ ਕੋਲੇ ਦਾਵਾ ਕਰਦੇ ਆ ਵੀ ਅਸੀਂ ਪਿੰਡ ਦਾ ਬੇਮਿਸਾਲ ਵਿਕਾਸ ਕਰਾਇਆ ਆਓ ਤੁਸੀਂ ਆਪਣੀ ਟੀਮ ਲੈ ਕੇ ਸਾਡਾ ਵਿਕਾਸਤਾ ਦੇਖੋ ਸੋ ਇਹਨਾਂ ਨੇ ਇਹ ਬਾਈ ਜੀ ਪਤਾ ਕੀ ਆ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਬੜੀਆਂ ਦੁੱਖ ਤਕਲੀਫਾਂ ਬੜੇ ਰੋੜੇ ਆਉਂਦੇ ਨੇ ਸੋ ਉਹਨਾਂ ਨੂੰ ਮੈਂ ਹੁਣ ਤੱਕ ਪਾਰ ਪਾਉਂਦਾ ਗਿਆ ਪਾਰ ਪਾ ਕੇ ਆ ਆ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਪਿੰਡ ਦੀਆਂ ਕੀ ਬਣਾਈਆਂ ਨੇ ਹੁਣ ਜਿਹੜਾ ਇਲੈਕਸ਼ਨ ਬੰਦਾ ਮੈਥੋਂ ਹਾਰ ਗਿਆ ਇਲੈਕਸ਼ਨ ਹਾਰ ਗਿਆ ਬੁਰੀ ਤਰ੍ਹਾਂ ਹਾਰ ਗਿਆ 1100 ਵੋਟ ਉਹਨੂੰ ਪਈਆਂ 4752 ਮੈਨੂੰ ਪਈਆਂ ਡਿਫਰੈਂਸ 1100 ਤੇ 4752 ਦਾ ਤੁਹਾਨੂੰ ਪਤਾ ਠੀਕ ਹੈ ਇਹ ਹਿਸਟੋਰੀਕਲ ਵੈਂਟ ਦਵਾਈ ਹੈ ਹੁਣ ਉਸ ਨੂੰ ਹਜਮ ਨਹੀਂ ਹੋ ਰਿਹਾ ਉਹ ਬੰਦਾ ਕਾਂਗਰਸ ਦਾ ਉਸ ਤੋਂ ਬਾਅਦ ਇੱਕ ਆਮ ਆਦਮੀ ਪਾਰਟੀ ਦਾ ਬੰਦਾ ਇਲਜ਼ਾਮ ਕਿ ਲਾ ਰਹੇ ਇਲਜ਼ਾਮ ਲਾ ਰਹੇ ਅੱਭੀ 2 ਸਾਲ ਪੁਰਾਣੇ ਦਰਖਤ ਪੱਟ ਕੇ ਖੁਰਦਬੁਰਦ ਕਰਤੇ ਖੁਰਦਬੁਰਦ ਕਿੱਥੇ ਕਿੱਤੇ ਕੋਈ ਉਹਦਾ ਪ੍ਰੂਫ ਕੋਈ ਉਹਦਾ ਸਬੂਤ ਮੇਰੇ ਕੋਲੇ ਤਾਂ ਖੜਿਆ ਮੇਰੇ ਪਿੰਡ ਦੇ ਲੋਕ ਤੁਸੀਂ ਤੁਸੀਂ ਤੁਹਾਡੇ ਤੇ ਇਲਜ਼ਾਮ ਇਹ ਲੱਗੇ ਨੇ ਕਿ ਤੁਸੀਂ ਸਰਕਾਰੀ ਦਰਖਤ ਪੱਟ ਕੇ ਖੁਰਦਬੁਰਦ ਕੀਤੇ ਜਾਂ ਕਹਿ ਲੋ ਵੇਚ ਕੇ ਪੈਸੇ ਖਾਦੇ ਇਸ ਕਰਕੇ ਤੁਹਾਨੂੰ ਮਤਲ ਕੀਤਾ ਗਿਆ ਬਿਲਕੁਲ ਇਹ ਇਲਜ਼ਾਮ ਲੱਗੇ ਪਰ ਇਹ ਇਲਜ਼ਾਮਾਂ ਦੀ ਸੈਟੀਸਫਾਈ ਕੌਣ ਕਰੂਗਾ ਇਹ ਜਸਟਿਸ ਆ ਕੋਈ ਇਲਜ਼ਾਮਾ ਦੀ ਕਾਪੀ ਦਿਓ ਉਹਦਾ ਸਬੂਤ ਦਿਓ ਵੀ ਆ ਬੰਦਾ ਕਹਿੰਦਾਗਾ ਆ ਬੰਦੇ ਨੂੰ ਤੁਸੀਂ ਵੇਚੇ ਨੇ ਸੋ ਇੱਥੇ ਇਹ ਜਿਹੜਾ ਹੈਗਾ ਅੰਗਰੇਜ਼ਾਂ ਵੇਲ ਦੀਆਂ ਜੇਲਾਂ ਨੇ ਸੋ ਮੈਂ ਇਸ ਨੂੰ ਨਵਾਂ ਦਿਖ ਦੇ ਕਿ ਕੋਈ ਮਾੜਾ ਕੰਮ ਕਰ ਲਿਆ ਮਾੜਾ ਕੀਤਾ ਮੈਨੂੰ ਜਿਹਦੇ ਇਨਾਮ ਮਿਲ ਰਹੇ ਨੇ ਇਹ ਆਮ ਆਦਮੀ ਬੰਨਿਓ ਸਾਡੇ ਮੋਢਿਆਂ ਤੇ ਫੀਤੀਆਂ ਲਾਈਆਂ ਯਾਨੀ ਸਾਡੀ ਅਪਗ੍ਰੇਸ਼ਨ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਅਸੀਂ ਨਹੀਂ ਘਬਰਾਉਂਦੇ ਇਹੋ ਜਿਹੀਆਂ ਚੀਜ਼ਾਂ ਤੋਂ ਸਾਡੇ ਕੋਲੇ ਅਗਲੇ ਰਾਹ ਖੁੱਲੇ ਨੇ ਇਹ ਜਿਹੜਾ ਅਨਾਂ ਕਾਨੂੰਨ ਆ ਉਹਦੇ ਕੋਲੇ ਜਾਵਾਂਗੇ ਇਹ ਨੂੰ ਅਨਾਂ ਕਾਨੂੰਨੀ ਕਹਿੰਦੇ ਨਾਲੇ ਅਸੀਂ ਪੰਚਾਇਤਾਂ 'ਚ ਜਾਵਾਂਗੇ ਅਦਾਲਤਾਂ 'ਚ ਸਾਡੇ ਕੋਲੇ ਅਧਿਕਾਰ ਰੱਖਵੇਂ ਨੇ ਸੋ ਇੱਥੇ ਜਿਹੜੇ ਦਰਖਤਾਂ ਦੀ ਗੱਲ ਕਹੀ ਗਈ ਤੇ ਇੱਥੇ ਅੰਗਰੇਜ਼ਾਂ ਵੇਲ ਦੀਆਂ ਜੇਲਾਂ ਨੇ ਖੰਡਰ ਨੂੰਮਾ ਇਮਾਰਤ ਸੀ ਇੱਥੇ ਕਈ ਸਿਉਖ ਨਾਲ ਲੱਗੇ ਦਰਖਤ ਪਏ ਸੀ ਇੱਕ ਦਰਖਤ ਸੀਗਾ ਜਿਹੜਾ ਗੇਟ ਦੇ ਵਿੱਚ ਸੀ ਉਸ ਨੂੰ ਰਿਮੂਵ ਕਰਕੇ ਆ ਖੜੇ ਨੇ ਮੇਰੇ ਪਿੰਡ ਦੇ ਸਤਕਾਰਯੋਗ ਕਮੇਟੀਆਂ ਦੇ ਬੰਦੇ ਗੁਰਦੁਆਰਾ ਪਾਸਾ ਹੀ ਛੇਮੀ ਦੇ ਪ੍ਰਧਾਨ ਖੜੇ ਨੇ ਬਾਬਾ ਜੀਵਨ ਸਿੰਘ ਦੇ ਪ੍ਰਧਾਨ ਖੜੇ ਨੇ ਸੋ ਇਥੋਂ ਦਰਖਤ ਇਹ ਲੈ ਗਏ ਕਾਸ ਵਾਸਤੇ ਜੀ ਮੈਂ ਤਾਂ ਕਿਸੇ ਆਮ ਬੰਦੇ ਨੂੰ ਪਿੰਡ ਚ ਗਰੀਬ ਨੂੰ ਵੀ ਕਿਸੇ ਨੂੰ ਦਰਖਤ ਦੇ ਸਕਦਾ ਸੀ ਪਰ ਮੈਂ ਨਹੀਂ ਦਿੱਤੇ ਮੈਂ ਕਿਹਾ ਵੀ ਗੁਰਦੁਦਵਾਰਾ ਸਾਹਿਬ ਲੰਗਰ ਚ ਜਾਣੇ ਦਰਖਤ ਲੰਗਰ ਦੀ ਜਿੱਥੇ ਸੇਵਾ ਹੁੰਦੀ ਆ ਕਾਰ ਸੇਵਾ ਉਥੇ ਇਹਨਾਂ ਦਾ ਜਿਹੜਾ ਸਦ ਪਯੋਗ ਹੋਵੇ ਸੋ ਅਜੇ ਤਾਂ ਸਿੱਖ ਵਿਰੋਧੀ ਗੁਰਦੁਆਰਿਆਂ 'ਚ ਜੇ ਅਸੀਂ ਕੋਈ ਚੀਜ਼ ਦੇ ਲਈ ਤਾਂ ਸਾਨੂੰ ਸਰਕਾਰ ਮੌਤਲ ਕਰਦੀ ਆ ਸ਼ੇਮ ਸ਼ੇਮ ਸੋ ਇਸ ਤੋਂ ਵੱਡਾ ਸਿੱਖ ਵਿਰੋਧੀ ਸਰਕਾਰ ਕੀ ਹੋ ਸਕਦੀ ਹੈ ਪਹਿਲਾਂ ਤਾਂ ਸਾਡੇ ਨੌਜਵਾਨਾਂ ਨੂੰ ਲਾ ਕੇ ਟਾਡਾ ਐਨਐਸਏ ਵਰਗੇ ਲਾ ਕੇ ਡਿਬਰੂਗੜ੍ਹ ਪਤਾ ਕਿੱਥੇ ਆ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਇੱਥੇ 2700 ਕਿਲੋਮੀਟਰ ਤੇ ਨਾਲ ਚਾਈਨਾ ਦੀ ਬਾਉਂਡਰੀ ਲੱਗਦੀ ਹੈ ਜਿੱਥੇ ਸਾਡੇ ਸਿੱਖ ਸ਼ਹੀਦ ਹੁੰਦੇ ਆ ਸੋ ਇਹ ਸਰਕਾਰ ਅੱਜ ਸਿੱਖ ਵਿਰੋਧੀ ਵੀ ਸਾਬਤ ਹੋ ਰਹੀ ਹੈ ਸਾਡੇ ਤੇ ਕਾਰਵਾਈਆਂ ਕਰਨ ਦੇ ਕਾਰਨ ਕੀ ਆ ਬਾਈ ਜੀ ਕਾਰਨ ਬਹੁਤ ਵੱਡੇ ਨੇ ਸੋ ਬੇਮਿਸਾਲ ਵਿਕਾਸ ਕਰਾਏ ਨੇ ਸਰਕਾਰਾਂ ਦੇ ਸਿਰ ਤੇ ਨਹੀਂ ਰਿਹਾ ਸੈਕਟਰੀਆਂ ਦੇ ਸਿਰ ਤੇ ਨਹੀਂ ਰਿਹਾ ਬਲਾਕ ਅਫੀਸਰ ਦੇ ਸਿਰ ਤੇ ਨਹੀਂ ਰਿਹਾ ਜਿਹੜੀ ਮੈਨੂੰ ਇਹ ਸਮਾਜ ਨੇ ਮਾਪਿਓ ਨੇ ਜਿਹੜੀ ਐਜੂਕੇਸ਼ਨ ਵਰਤੀ ਆ ਉਹ ਵਰਤ ਕੇ ਮੈਂ ਕੰਮ ਪਾਸ ਕਰਾਉਣਾ ਮੈਨੂੰ ਪਤਾ ਕੰਮ ਥੋੜਾ ਲੇਟ ਕਰ ਲੈਂਦੇ ਆ ਮਤਾ ਪਾਉਣਾ ਉਸ ਤੋਂ ਬਾਅਦ ਐਸਟੀਮੇਟ ਲਵਾਉਣਾ ਫਿਰ ਦਫ਼ਤਰਾਂ 'ਚ ਜਾਣਾ ਸੋ ਬੇਮਿਸਾਲ ਕੰਮ ਜਿਹੜੇ ਹੁਣ ਪਾਸ ਹੋਇਆ ਤੁਹਾਨੂੰ ਦੱਸਾਂ ਆਹ ਆ ਲਾਸਪਾ ਪਹਿਲਾ ਮੁੱਦਾ ਤੇ ਰਹੀਏ ਜਿਹੜੇ ਤੁਸੀਂ ਨਿਰਖਤ ਪੱਟ ਕੇ ਦਿੱਤੇ ਤੁਸੀਂ ਕਿਸੇ ਸੈਕਟਰੀ ਦੀ ਬੀਡੀਪੀ ਬੀਡੀਪੀਓ ਦੀ ਮਨਜ਼ੂਰੀ ਲਈ ਸੀ ਕਿਸੇ ਤੋਂ ਪੁੱਛਿਆ ਸੀ ਜਾਂ ਕੀ ਤੁਸੀਂ ਪਿੰਡ ਦੀ ਜਿਹੜੀ ਪੰਚਾਇਤ ਸੀ ਉਹਦੇ ਨਾਲ ਸਲਾਹ ਕੀਤੀ ਜਾਂ ਤੁਸੀਂ ਪੱਟ ਕੇ ਜਿਹੜੇ ਪਈ ਸੀ ਸਿੱਧੇ ਤੁਸੀਂ ਕਮੇਟੀ ਨੂੰ ਚੁਕਾਤੇ ਗੁਰਦੁਆਰਾ ਸਾਹਿਬ ਦੀ ਨਹੀਂ ਜੀ ਇਹ ਇਹ ਦੇਖ ਲਓ ਇਹ ਅਸੀਂ ਮਤਾ ਪਾਇਆ 4 ਮਾਰਚ 2020 ਨੂੰ ਸੋ ਸਾਰੇ ਪੰਚਾਇਤ ਨੇ ਇਸ ਨੂੰ ਤਾਇਦ ਕੀਤਾ ਵੀ ਹਾਂ ਗੁਰਦੁਆਰਾ ਸਾਹਿਬ ਨੂੰ ਦਿੱਤੇ ਜਾਣ ਧਾਰਮਿਕ ਪੁੰਨ ਵਾਲੀ ਜਗਾ ਹੈ ਸੋ ਕੀ ਉੱਥੇ ਕੀ ਹਤਕ ਹੋ ਗਈ ਉੱਥੇ ਸਾਰੀ ਪੰਚਾਇਤ ਦਾ ਸਿਗਨੇਚਰ ਹੈ ਮਤਾ ਪਾਇਆ ਗਿਆ ਮਤਾ ਪਾ ਕੇ ਉਸ ਨੂੰ ਦਿੱਤੇ ਗਏ ਸੋ ਇਹ 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 ਫਿਰ ਹੋਰ ਇਸ ਤੋਂ ਵਧੀਆ ਅਸੀਂ ਕੰਮ ਕੀ ਕਰ ਸਕਦੇ ਆ ਉਹ ਦਰਖਤਾਂ ਨੂੰ ਜਾਂ ਤਾਂ ਸਿਉਖ ਨੂੰ ਖਾਣ ਦੇ ਦਿੰਦੇ ਜਾਂ ਉਹਨਾਂ ਨੂੰ ਚੱਕ ਕੇ ਵੇਚ ਦਿੰਦੇ ਵੇਚੇ ਨਹੀਂ ਉਹੀ ਇਹਨਾਂ ਨੂੰ ਦੁੱਖ ਤਕਲੀਫਾਂ ਉਸ ਤੋਂ ਬਾਅਦ ਇਹ ਇੱਕ ਕਾਂਗਰਸੀ ਆ ਇਹ ਜਿਹੜੀ ਐਪਲੀਕੇਸ਼ਨ ਸਾਡੇ ਤੇ ਦਿੰਦਾ ਉਹਦੇ ਨਾਲ ਰੰਜਿਸ਼ ਕੀ ਆ ਹਾਰਿਆ ਬੁਰੀ ਤਨਾ ਮੈਂ ਥੋੜੀ ਹਰਾਇਆ ਮੇਰੇ ਲੋਕਾਂ ਨੇ ਹਰਾਇਆ ਮੇਰੇ ਲੋਕਾਂ ਦੀ ਸੋਚ ਨੇ ਹਰਾਇਆ ਤੁਹਾਨੂੰ ਤੁਹਾਡੇ ਕਰਮ ਜਿਹੜੇ ਨੇ ਪਿੱਛੇ ਪਿੰਡ ਨੂੰ ਲੁੱਟ ਪੁੱਟ ਜਿਹੜੀ ਤੁਸੀਂ ਕੀਤੀ ਆ ਉਸ ਕਰਕੇ ਹਰੇ ਹੋ ਸਰਕਾਰ ਜਿਸ ਨੇ ਐਪਲੀਕੇਸ਼ਨ ਦਿੱਤੀ ਆ ਮੈਂ ਇੱਥੇ ਦਾਵਾ ਕਰਦਾ ਸਾਰਾ ਛੱਪੜ ਸਾਡਾ ਦੱਬੀ ਬੈਠਾ ਧਾਰਮਿਕ ਜਗਾ ਗੁਰਦੁਆਰਾ ਸਾਹਿਬ ਦੱਬਿਆ ਸੀ ਉਸ ਤੋਂ ਬਾਅਦ ਮੰਦਿਰ ਦੱਬੀ ਬੈਠਾ ਮੰਦਿਰ ਦੀ ਜ਼ਮੀਨ ਦੱਬੀ ਬੈਠਾ ਉਹਨਾਂ ਤੇ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਹੋਰ ਇੱਕ ਗੱਲ ਕਹਿਣਾ ਢਾਲੀਵਾਲ ਆਪ ਨੂੰ ਐਗਰੈਸਿਵ ਸ਼ਾਬਤ ਕਰਦਾ ਨਾ ਕੁਲਦੀਪ ਸਿੰਘ ਢਾਲੇਵਾਲ ਪੰਚਾਇਤ ਮੰਤਰੀ ਸਾਨੂੰ ਤਾਂ ਮਤੇ ਨਹੀਂ ਪਾਣ ਦਿੱਤੇ ਜਾ ਰਹੇ ਇਹਨਾਂ ਦੇ ਵਿਰੁੱਧ ਚਾਰ ਕਿੱਲੇ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਦੱਬੀ ਬੈਠਾ ਡੇਢ ਡੇਢ ਦੋ ਦੋ ਕਿੱਲੇ ਉਹ ਹੋਰ ਦੱਬੇ ਬੈਠੇ ਆਮ ਆਦਮੀ ਦਾ ਉਹ ਕੋਈ ਪਹਿਲਾਂ ਤੋਂ ਵਰਕਰ ਨਹੀਂ ਸੀ ਪਹਿਲਾਂ ਉਹ ਅਕਾਲੀ ਦਲ ਚ ਸੀਗਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਨਾਲ ਜੜਾ ਹੋ ਗਿਆ ਆ ਜ ਆਮ ਆਦਮੀ ਚ ਕਰਨ ਆਪਦੇ ਬੰਦਿਆਂ ਤੇ ਕਾਰਵਾਈ ਜੀ ਮੈਂ ਤੁਹਾਡੇ ਮਾਧਿਅਮ ਰਹੀ ਇੱਕ ਹੋਰ ਗੱਲ ਕਹਿਣਾ ਤੁਸੀਂ ਜਸੋ ਜਿਹੜਾ ਇੱਕ ਸੈਲੀਬ੍ਰਿਟੀ ਹੈ ਜਾਂ ਇੱਕ ਜਿਹੜਾ ਲੀਡਰ ਹੈ ਕਿ ਉਹਦੀ ਲਾਈਫ ਜਨਤਕ ਨਹੀਂ ਹੋਣੀ ਚਾਹੀਦੀ ਹੁੰਦੀ ਆ ਨਾ ਜਨਤਕ ਕੀ ਜਿਹੜੇ ਸਾਡੇ ਲੀਡਰ ਆ ਇਹਨਾਂ ਦੀ ਲਾਈਫ ਜਨਤਕ ਨਹੀਂ ਕੀ ਸਾਡੇ ਬੱਚੇ ਲੋਕ ਨੇ ਲੋਕਾਂ ਦੇ ਸੇਵਕ ਨੇ ਹੁੰਦੇ ਲੋਕਾਂ ਦੇ ਕੀ ਸਾਡੇ ਬੱਚੇ ਫੋਲੋ ਨਹੀਂ ਕਰਦੇ ਸੈਲੀਬ੍ਰਿਟੀ ਨੂੰ ਜਾਂ ਗਾਇਕਾ ਨੂੰ ਜਾਂ ਸਟਾਰਸ ਨੂੰ ਜਾਂ ਲੀਡਰਾਂ ਨੂੰ ਫੋਲੋ ਨਹੀਂ ਕਰਦੇ ਫਿਰ ਸਾਡੇ ਮੁਰੇ ਇਹ ਕਿਸ ਤਰ੍ਹਾਂ ਦੇ ਸੈਟ ਸੈਟ ਐਗਜ਼ਾਮਪਲ ਐਗਜ਼ਾਮਪਲ ਸੈੱਟ ਕਰ ਰਹੇ ਨੇ ਲਾਭ ਸਿੰਘ ਓਗੋਕੇ ਮੇਰਾ ਇਲਜ਼ਾਮ ਆ ਉਹ ਤੇ ਵੀ ਉਸਦੇ ਫਾਦਰ ਦੀ ਸਲਫਾਸ ਖਾਨ ਨਾਲ ਉਹਨਾਂ ਨੇ ਆਤਮ ਹੱਤਿਆ ਕੀਤੀ ਕੀ ਉਸ ਦੀ ਜਾਂਚ ਨਹੀਂ ਹੋਣੀ ਚਾਹੀਦੀ ਮੈਂ ਮੰਗ ਕੀਤੀ ਜਾਂਚ ਦੀ ਕਿਉਂ ਨਹੀਂ ਕਿਉਂ ਨਹੀਂ ਕਰਵਾ ਰਹੇ ਮੈਂ ਜਿਹੜੇ ਮੈਨੂੰ ਹਤਕ ਪਰੇ ਸ਼ਬਦ ਬੋਲੇ ਉਸ ਦੇ ਖਿਲਾਫ ਮੈਂ ਥਾਣੇ ਗਿਆ ਪੁਲਿਸ ਕੋਲੇ ਗਿਆ ਐਸਐਸਪੀ ਕੋਲੇ ਗਿਆ ਅੱਜ ਤੱਕ ਉਸ ਨੂੰ ਬੁਲਾਇਆ ਨਹੀਂ ਗਿਆ ਕਿੱਥੇ ਲੋਕ ਰਾਜ ਆ ਕਿੱਥੇ ਕਾਨੂੰਨ ਦਾ ਰਾਜ ਆ ਦੱਸਿਆ ਜਾਵੇ ਫਿਰ ਮੈਂ ਇਹ ਕਲੇਮ ਕਰ ਰਿਹਾ ਵੀ ਉਹਨੇ ਅਨਲੀਗਲ ਧੰਦੇ ਇੱਥੇ ਚਲਾਏ ਹੋਏ ਨੇ ਬਲਾ ਸਮੂਚੇ ਪਧੌੜ ਹਲਕੇ ਚ ਕੌਣ ਜਾਂਚ ਕਰੇਗਾ ਜੀ ਤੁਸੀਂ ਸ਼ੁਰੂਆਤ ਕੀਤੀ ਕਦੇ ਤੁਹਾਨੂੰ ਤੁਹਾਡੇ ਕੋਲ ਸਬੂਤ ਹੈਗੇ ਨੇ ਉਹਨਾਂ ਦੇ ਸਬੂਤ ਪੇਸ਼ ਕਰ ਦੇਵਾਂਗਾ ਜੇ ਮੀਡੀਆ ਮੇਰੇ ਨਾਲ ਜਾਵੇ ਮੀਡੀਆ ਨਾਲ ਜਾਵੇ ਸਬੂਤ ਪੇਸ਼ ਕਰ ਦੇਵਾਂਗਾ ਕਿਉਂਕਿ ਇਲਜ਼ਾਮ ਲਾਉਣਾ ਕਿਸੇ ਤੇ ਵੀ ਸੌਖੀ ਗੱਲ ਆ ਕੋਈ ਐਮ ਐਲ ਏ ਬਣ ਕੇ ਆਮ ਬੰਦਾ ਤਾਂ ਉਹਨੂੰ ਕਹਿ ਦੋ ਵੀ ਇਹ ਲੁੱਟ ਕੇ ਖਾ ਗਿਆ ਜੀ ਲੁੱਟਣ ਲੱਗ ਗਿਆ ਸਬੂਤ ਹੋਣੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਹੋਰ ਹੁੰਦੀ ਆ ਇੱਕ ਸਿਆਸੀ ਵਿਰੋਧੀ ਤੇ ਇਲਜ਼ਾਮ ਲਾਉਣੇ ਬਹੁਤ ਸੌਖਾ ਹੁੰਦਾ ਆਮ ਆਮ ਐਮ ਐਲ ਏ ਨਾ ਨਾ ਆਮ ਐਮ ਐਲ ਏ ਆ ਨਾ ਸ਼ਾਇਦ ਕਿਤੇ ਬਰਨਾਲੇ ਵੀ ਨਾ ਗਏ ਲੋਕਾਂ ਨੇ ਵੱਡਾ ਰਤਬਾ ਤੇ ਸਤਕਾਰ ਬਖਸ਼ਤਾ ਅੱਜ ਕਿੱਥੇ ਜਾ ਰਹੇ ਨੇ ਅੱਜ ਕੈਨੇਡਾ ਜਾ ਰਹੇ ਨੇ ਕਿੰਨੇ ਵਾਰੀ ਆ ਬਣਿਆ ਨੂੰ ਕਿੰਨਾ ਟਾਈਮ ਹੋ ਗਿਆ ਦੋ ਵਾਰੀ ਕੈਨੇਡਾ ਚਲੇ ਗਿਆ ਜਾਂਚ ਕਰੋ ਕੀ ਕਰਨ ਜਾਂਦਾ ਉੱਥੇ ਵੀ ਚਲੋ ਉਹ ਤਾਂ ਕਿਸੇ ਵੱਲੋਂ ਸਪਾਂਸਰਡ ਹੋ ਸਕਦਾ ਕਿਸੇ ਵੱਲੋਂ ਕੋਈ ਨਿੱਜੀ ਕੋਈ ਜਿਵੇਂ ਹੋ ਸਕਦੇ ਨੇ ਬੰਦੇ ਦੇ ਠੀਕ ਹੈ ਇਹਦਾ ਮਤਲਬ ਇਹ ਥੋੜੀ ਅੱਜ ਕੋਈ ਗਰੀਬ ਆ ਤਾਂ ਕੱਲ ਨੂੰ ਕਿਤੇ ਜਾ ਨਹੀਂ ਸਕਦਾ ਅਮੀਰ ਨਹੀਂ ਹੋ ਸਕਦਾ ਉਹ ਚਲੋ ਆਪਾਂ ਮੁੱਦੇ ਤੇ ਰਹੀਏ ਤਾਂ ਇਹ ਇਹ ਪ੍ਰਧਾਨ ਨੇ ਉਸ ਗੁਰਦੁਆਰੇ ਦੇ ਜਿਹਨਾਂ ਨੂੰ ਤਰਖ ਦਿੱਤੇਗੇ ਸੱਸੀ ਗੁਰਬਾਪੂ ਜੀ ਹਾਂਜੀ ਹਾਂ ਜੋ ਇਹ ਸਰਪੰਚ ਸਾਹਿਬ ਕਹਿ ਰਹੇ ਨੇ ਉਹ ਜੋ ਇਹਨਾਂ ਤੇ ਇਲਜ਼ਾਮ ਲੱਗਿਆ ਕਿ ਇਹਨਾਂ ਨੇ ਦਰਖਤ ਪੱਟ ਕੇ ਵੇਚੇ ਨੇ ਪਰ ਇਹ ਕਹਿੰਦੇ ਸੀ ਗੁਰਦੁਆਰਾ ਸਾਹਿਬ ਨੂੰ ਦਿੱਤੇ ਨੇ ਇੱਕ ਤੁਸੀਂ ਖੜੇ ਹੋ ਪ੍ਰਧਾਨ ਇੱਕ ਦੂਜੇ ਪਾਸੇ ਖੜੇ ਨੇ ਤੁਹਾਡੇ ਗੁਰਦੁਆਰਾ ਸਾਹਿਬ ਨੂੰ ਦਰਖਤ ਦਿੱਤੇ ਹਾਂਜੀ ਹਾਂਜੀ ਬਿਲਕੁਲ ਸਹੀ ਸਾਡੇ ਗੁਰਦੁਆਰਾ ਸਾਹਿਬ ਨੂੰ ਦਿੱਤਿਆ ਸਾਡੇ ਕੱਲੇ ਗੁਰਦੁਆਰਾ ਸਾਹਿਬ ਨੂੰ ਕੋਈ ਇਹ ਨਹੀਂ ਦਿੰਦੇ ਹੈ ਸਾਡੇ ਪਿੰਡ ਚੋਂ ਵੀ ਸਾਰੇ ਦਿੰਦੇ ਹੈਗੇ ਜਿਹੜੇ ਕੋਈ ਕਈ ਦਰਖਤ ਹੁੰਦੇ ਆ ਨਾ ਆਮ ਲੋਕਾਂ ਦੇ ਵਿਚਾਲੇ ਜਾਂ ਕੁਸਕਾਸੇ ਚ ਆ ਗਏ ਉਹ ਵੀ ਸਾਨੂੰ ਲੋਕ ਬਡਾਉਂਦੇ ਆ ਵੜਾ ਕੇ ਅਸੀਂ ਵੱਢ ਲਿਆ ਹੁੰਨੇ ਆ ਇਹਨਾਂ ਨੇ ਵੀ ਵੱਢ ਕੇ ਵੀ ਸਿੱਟਿਆ ਅਸੀਂ ਆਪ ਵੀ ਵੱਢ ਕੇ ਲੱਗੇ ਗਏ ਆ ਇਹਨਾਂ ਨੇ ਸਾਡੇ ਕੋਲ ਹੀ ਇਹਨਾਂ ਦੇ ਹੱਥ ਪਈ ਵੀ ਆ ਸਾਡੇ ਕੋਲ ਉੱਥੇ ਕੋਈ ਅਹੀ ਜੀ ਗੱਲ ਨਹੀਂ ਹੈ ਸਾਡੇ ਕੋਲ ਪਈ ਵੀ ਹੈਗੇ ਉੱਥੇ ਕੁਝ ਨਾ ਕੁਝ ਪਰ ਸਾਰੇ ਸਾਡੇ ਸਾਡੇ ਕੋਲ ਆਏ ਆ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਤੁਹਾਨੂੰ ਫ੍ਰੀ ਦਿੱਤੇ ਕਿੰਨੇ ਗੁਰਦੁਆਰੇ ਬਿਲਕੁਲ ਫ੍ਰੀ ਦਿੱਤੇ ਆ ਕੋਈ ਇਹੀ ਜੀ ਗੱਲ ਨਹੀਂ ਸੀ ਦਾਅਵੇ ਨਾ ਕਰ ਸਕਦੇ ਸੀ ਫਰੀਦ ਦਿੱਤੇ ਸੀ ਤਾਂ ਮੈਂ ਤੁਸੀਂ ਤੁਸੀਂ ਗੁਰਦੁਆਰਾ ਕਮੇਟੀ ਆ ਜਿਹੜੀ ਲਿਖ ਕੇ ਦੇਣ ਲਈ ਤਿਆਰ ਆ ਕਿ ਸਰਪੰਚ ਨੇ ਸਾਨੂੰ ਜਮ੍ਹਾਂ ਮੁਫਤ ਦਰਖਤ ਦਿੱਤੇ ਨੇ ਸੇਵਾ ਭਾਵਨਾ ਦੇ ਤੌਰ ਤੇ ਬਿਲਕੁਲ ਬਿਲਕੁਲ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਲਿਖ ਕੇ ਦਿੱਤਾ ਵੀ ਹੋਊਗਾ ਸ਼ਾਇਦ ਲਿਖ ਕੇ ਦੇਣ ਨੂੰ ਹੁਣ ਵੀ ਤਿਆਰ ਆ ਸੀ ਕੋਈ ਇਹੀ ਜੀ ਗੱਲ ਨਹੀਂ ਮਤਲਬ ਜੋ ਇਲਜ਼ਾਮ ਸਰਪੰਚ ਤੇ ਲੱਗੇ ਲਾਏ ਗਏ ਨੇ ਕਿ ਉਹਨਾਂ ਨੇ ਦਰਖਤ ਪੱਟ ਕੇ ਵੇਚੇ ਨੇ ਇਹ ਗਲਤ ਹੈ ਇਹ ਬਿਲਕੁਲ ਗਲਤ ਆ ਸੀ ਦਾਅਵੇ ਨਾ ਕਰ ਸਕਦੇ ਬਿਲਕੁਲ ਗਲਤ ਆ ਜੇ ਅਸੀਂ ਕਹਿੰਦੇ ਨਾ ਵੀ ਸਾਨੂੰ ਕੋਈ ਇਕੱਲੇ ਇਹਨਾਂ ਰੇਤ ਸਾਨੂੰ ਇਹ ਨਹੀਂ ਦਿੰਦੇ ਸਾਨੂੰ ਸਾਰੇ ਪਿੰਡ ਦੇ ਦਿੰਦੇ ਆ ਕਿ ਅਸੀਂ ਉਹ ਵੇਚਦੇ ਨਹੀਂ ਅਸੀਂ ਉਹ ਅਸੀਂ ਸਾਰੇ ਹੋ ਜਦੋਂ ਭੋਗ ਪੈਂਦਾ ਉੱਥੇ ਗੁਰਦੁਆਰਾ ਸਾਹਿਬ 'ਚ ਭੋਗ ਪੈਂਦਾ ਮਰਗ ਦੀ ਉਦੋਂ ਉਹ ਲੋਕੜਾ ਵਰਤਦੇ ਆ ਲੋਕ ਉਹਨਾਂ ਤੋਂ ਕੋਈ ਪੈਸਾ ਨਹੀਂ ਇਲਜ਼ਾਮ ਇਹਨਾਂ ਤੇ ਹੀ ਨੇ ਤੁਸੀਂ ਕਹਿੰਦੇ ਕਿ ਸਾਡਾ ਸਰਪੰਚ ਤਾਂ ਸਹੀ ਆ ਸਾਨੂੰ ਸੇਵਾ ਭਾਵਨਾ ਦੇ ਤੌਰ ਤੇ ਦਿੱਤੇ ਫਿਰ ਤੁਹਾਨੂੰ ਕਿਉਂ ਲੱਗਦਾ ਕਾਰਵਾਈ ਸਰਪੰਚ ਤੇ ਕਿਉਂ ਕੀਤੀ ਗਈ ਇਹ ਤਾਂ ਦੇਖੋ ਜੀ ਸਿਆਸੀ ਰੰਜਸ ਹੋ ਸਕਦੀ ਆ ਕੋਸੂਰ ਹੋ ਸਕਦਾ ਇਹਨਾਂ ਦਾ ਉਸ ਵਿੱਚ ਦੀ ਇਹ ਸਾਨੂੰ ਕੋਈ ਪਤਾ ਨਹੀਂ ਪਰ ਸਾਡੇ ਵੱਲੋਂ ਬਿਲਕੁਲ ਸਹੀ ਆ ਅਸੀਂ ਇਹ ਦਾਅਵੇ ਨਾ ਕਰ ਸਕਦੇ ਵੀ ਸਾਨੂੰ ਇਹਨਾਂ ਨੇ ਬਿਲਕੁਲ ਮੁਕਤ ਦਿੱਤੇ ਆ ਬਿਲਕੁਲ ਕੋਈ ਇਹੀ ਦੀ ਗੱਲ ਨਹੀਂ ਹੈ ਆਪੇ ਅਸੀਂ ਇਹਨਾਂ ਨੇ ਇਹਨਾਂ ਨੇ ਜਿਹੜੇ ਦਿੱਤੇ ਆ ਪਟਕੇ ਵੀ ਲੱਗੇ ਗਏ ਆ ਇਹਨਾਂ ਨੇ ਸਮਝ ਗਏ ਸਾਨੂੰ ਸਰਕਾਰੀ ਦਫ਼ਤਰਾਂ ਚ ਕਿਤੇ ਅਦਾਲਤਾਂ ਚ ਕਿਤੇ ਵੀ ਸਰਪੰਚ ਦੇ ਨਾਲ ਤੁਸੀਂ ਡਟ ਕੇ ਖੜੋਗੇ ਧਰ ਬਣ ਕੇ ਕਰਾਂਗੇ ਬਿਲਕੁਲ ਖੜਾਂਗੇ ਬਿਲਕੁਲ ਖੜਾਂਗੇ ਜਿਹੜੀ ਸਹੀ ਗੱਲ ਹੈ ਉਹਨੂੰ ਸਹੀ ਕਹਾਂਗੇ ਗਲਤ ਤਾਂ ਗਲਤ ਨੂੰ ਗਲਤ ਕਹਾਂਗੇ ਪਾ ਇੱਕ ਗੁਰਦੁਆਰਾ ਦੋ ਗੁਰਦੁਆਰਾ ਸਾਹਿਬ ਨੂੰ ਦਰਖਤ ਦਿੱਤੇ ਗਏ ਸੀ ਇੱਕ ਕਮੇਟੀ ਦੇ ਪ੍ਰਧਾਨ ਇਹ ਨੇ ਤੇ ਦੂਜੀ ਦੇ ਬਾਬਾ ਜੀ ਉੱਧਰ ਖੜੇ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਜਿਹੜੇ ਭਾਈ ਜੀਵਨ ਸਿੰਘ ਗੁਰਦੁਆਰਾ ਸਾਹਿਬ ਨੇ ਇੱਥੇ ਤੁਸੀਂ ਉਹਨਾਂ ਦੇ ਪ੍ਰਧਾਨ ਹੋ ਹਾਂ ਜੀ ਹਾਂ ਜੀ ਸਰਪੰਚ ਸਾਹਿਬ ਨੇ ਤੁਹਾਨੂੰ ਵੀ ਦਰਖਤ ਉਹਨੇ ਹੀ ਦਿੱਤੇ ਹਾਂ ਉਹਨੇ ਹੀ ਦਿੱਤੇ ਕਿ ਮੁਕਤ ਦਿੱਤੇ ਹੈ ਕੋਈ ਪੈਸਾ ਨਹੀਂ ਲਿਆ ਸਤਿ ਆ ਪਰ ਇਹ ਤਾਂ ਸਰਕਾਰ ਦਾ ਕਹਿ ਰਹੀ ਹੈ ਕਿ ਸਰਪੰਚ ਪੈਸੇ ਖਾ ਗਿਆ ਇਹਨਾਂ ਦਾ ਮਹਿਕਮਾ ਤਾਂ ਕਹਿ ਰਿਹਾ ਪੰਚਾਇਤ ਪੈਸੇ ਨਹੀਂ ਖਾਦਦੇ ਨਾ ਕੋਈ ਪੈਸਾ ਨਹੀਂ ਖਾਦਦਾ ਇਹ ਤਾਂ ਕਰਾਪਟ ਨੇ ਵੇਚ ਕੇ ਦਰਖਤ ਪ ਹੋ ਸਕਦਾ ਤੁਹਾਨੂੰ ਅੱਧੇ-ਅੱਧੇ ਦੇ ਦਿੱਤੇ ਹੁਣ ਬਾਕੀ ਜਿਹੜੇ ਹੋਰ ਬਚਦੇ ਹੁਣ ਵੇਚਦੇ ਹੁਣ ਸਾਰਿਆਂ ਨੂੰ ਮੁਕਤ ਦਿੱਤੇ ਅੱਛਾ ਹਾਂਜੀ ਤਿੰਨਾਂ ਗੁਰਦਾਰਿਆਂ ਨੂੰ ਤਾਂ ਸਰਪੰਚਾ ਪੰਚਾਇਤ ਮੈਂਬਰ ਕਿਹਨੇ ਤੁਹਾਨੂੰ ਵੀ ਗੱਲ ਕਰ ਲਈ ਪੰਚਾਇਤ ਮੈਂਬਰ ਸਾਈਡ ਜੱਗਾ ਸਿੰਘ ਹਰਜੀਤ ਸਿੰਘ ਹਰਜੀਤ ਜਿਹੜਾ ਪੰਚਾਇਤ ਮੈਂਬਰ ਕਿ ਆਜੋ ਜਿਹੜੇ ਗੱਲ ਕਰਨੇ ਚਾਹੁੰਦੇ ਆ ਪੰਚਾਇਤ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਨੇ ਦੋ ਮੈਂਬਰ ਮੇਰੇ ਆਮ ਆਦਮੀ ਪਾਰਟੀ ਦੇ ਆਓ ਜੀ ਆਓ ਜੀ ਪੰਚਾਇਤ ਮੈਂਬਰ ਮੈਂ ਨਾ ਤੁਹਾਡੇ ਮਾਧਿਅਮ ਰਹੀਂ ਇਹਨਾਂ ਨੂੰ ਕੁਐਸਚਨ ਪੁੱਛ ਲੈਣਾ ਤੁਸੀਂ ਬਾਈ ਜੀ ਆਮ ਆਦਮੀ ਮੈਂ ਪੁੱਛਦਾ ਕੋਈ ਗੱਲ ਨਹੀਂ ਮੈਂ ਸਵਾਲ ਪੁੱਛਣ ਵਾਸਤੇ ਤਾਂ ਮੈਂ ਹੀ ਆਇਆ ਬਾਈ ਜੀ ਕੀ ਨਾਮ ਆਹਰਜੀਤ ਸਿੰਘ ਹਰਜੀਤ ਸਿੰਘ ਹਰਜੀਤ ਸਿੰਘ ਜੀ ਜੋ ਤੁਸੀਂ ਬਾਈ ਜੀ ਮੈਨੂੰ ਦਿਖਾ ਰਹੇ ਕਿ ਮਤਾ ਪਾਇਆ ਦਰਖਤ ਤੁਸੀਂ ਗੁਰਦੁਆਰਾ ਸਾਹਿਬ ਨੂੰ ਦਿੱਤੇ ਦੋਨਾਂ ਨੂੰ ਵੰਡ ਕੇ ਅੱਧੇ ਅੱਧੇ ਉਸ ਮਤੇ ਪਾਉਣ ਵੇਲੇ ਤੁਸੀਂ ਉਹ ਮਤਾ ਪਾਉਣ ਵੇਲੇ ਸ਼ਾਮਲ ਸੀਗੇ ਹਾਂਜੀ ਸੀਗੇ ਜੀ ਸ਼ਾਮਲ ਸੀਗੇ ਜੀ ਉਹਦੇ ਚ ਅਸੀਂ ਮਤੇ ਤੇ ਸਾਈਨ ਹੋਏ ਬੈ ਸਾਡੇ ਜਿੱਦੋਂ ਦਰਖਤ ਦਿੱਤੇ ਗੁਰੂ ਘਰ ਨੂੰ ਅਸੀਂ ਸਾਰਿਆਂ ਨੇ ਤਿੰਨਾਂ ਨੇ ਹਾਂਜੀ ਪਰ ਸਰਕਾਰ ਹੁਣ ਕਹ ਪੰਚਾਇਤ ਵਿਭਾਗ ਕਹਿ ਰਿਹਾ ਕਿ ਸਰਪੰਚ ਮੋਤਲ ਕਰ ਦਿੱਤਾ ਗਿਆ ਕਿ ਇਹਨਾਂ ਨੇ ਕਰਪਸ਼ਨ ਕੀਤੀ ਆ ਰਿਸ਼ਵਤ ਨੇ ਜਿਹੜੇ ਜਿਹੜੇ ਦਰਖਤ ਨੇ ਉਹ ਚਾਕੇ ਵੇਚੇ ਨੇ ਅਸੀਂ ਤਾਂ ਗੁਰੂ ਘਰ ਨੂੰ ਦਿੱਤੇ ਆ ਜੀ ਸਾਰੇ ਦਰਖਤੇ ਕੋਈ ਵੇਚੇ ਨਹੀਂ ਹੈਗੇ ਜੀ ਹਾਂਜੀ ਅੱਛਾ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਹੋ ਹਾਂਜੀ ਹਾਂ ਆਮ ਆਦਮੀ ਪਾਰਟੀ ਦੇ ਸਮਰਥਕ ਹਾਂ ਜੀ ਤੇ ਸਾਰੇ ਦਰਖਤ ਅਸੀਂ ਗੁਰੂ ਘਰਾਂ ਨੂੰ ਦਿੱਤੇ ਆ ਜੀ ਹਾਂਜੀ ਪਰ ਚਲੋ ਤੁਸੀਂ ਉਹਨਾਂ ਦੇ ਸਮਰਥਕ ਹੋ ਤੁਹਾਡੀ ਪਾਰਟੀ ਦੀ ਸਰਕਾਰ ਆ ਤਾਂ ਤੁਸੀਂ ਕੀ ਪੀਲ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਇਹ ਕਹਿੰਦੇ ਆ ਜੀ ਨਜਾਇਜ਼ ਆਹੇ ਜੀ ਜਿਹੜਾ ਮਤਲਬ ਉਹ ਕਰਿਆ ਜੀ ਕਹਿੰਦੇ ਵੀ ਨਜਾਇਜ਼ ਕਰਿਆ ਸਰਪੰਚ ਸਾਹਿਬ ਨੂੰ ਉਹ ਹਾਂਜੀ ਪਾਰਟੀ ਦੇ ਕਿਸੇ ਐਮਐਲਏ ਨੂੰ ਮੰਤਰੀ ਨੂੰ ਲੀਡਰ ਨੂੰ ਮਿਲ ਕੇ ਸਪਾਰਸ਼ ਕਰੋਗੇ ਹਾਂ ਉਹ ਤਾਂ ਕਰਾਂਗੇ ਜੀ ਫਿਰ ਹੈ ਜੀ ਉਸ ਦੇ ਸਬੰਧ ਰੂਪ 사ਜਾ ਹਾਂ ਜੀ ਤੇ ਦੂਜੇ ਕਿਹੜੇ ਨੇ ਬਾਈ ਮੈਂਬਰ ਦੂਜੇ ਵੀ ਆ ਜੋਗੇ ਕੀ ਨਾਮ ਆ ਬਾਈ ਤੁਹਾਡਾ ਹਰਵੰਸ ਸਿੰਘ ਪੁੱਛੀ ਅੱਛਾ ਹਰਵੰਸ ਜੀ ਤੁਸੀਂ ਉਸ ਦਿਨ ਮਤੇ ਦੇ ਵਿੱਚ ਸ਼ਾਮਲ ਸੀਗੇ ਹਾਂ ਜੀ ਹਾਂ ਇੱਥੇ ਹਾਜ਼ਰ ਸੀਗੇ ਜੀ ਅਸੀਂ ਜਿੱਦੇ ਮਤਾ ਪਾਇਆ ਜਿਹੜੇ ਦਰਸਤ ਪੱਟੇ ਗਿਆ ਉਹਦੋਂ ਮੌਜੂਦ ਸੀਗੇ ਜੀ ਅਸੀਂ ਸਾਰੇ ਜਣੇ ਇੱਥੇ ਸਾਰੇ ਗੁਰਦੁਆਰਿਆਂ ਨੂੰ ਦਿੱਤੇ ਜੀ ਉਹ ਹੋਟਲ ਦਾ ਕਾਰਨ ਕੀ ਸੀ ਲਾਇਆ ਹੋਇਆ ਦਰਖਤ ਪੱਟੇ ਕਿਉਂ ਗਏ ਉਹ ਤਾਂ ਜੀ ਆਪਣੇ ਇੱਕ ਤਾਂ ਬੋਰਡ ਸੀਗਾ ਜੀ ਉਹ ਮੂਰੇ ਗੇਟ ਬਣਾਉਣਾ ਸੀਗਾ ਜੀ ਉਹਨੂੰ ਡਿੱਕਾ ਲਾਉਂਦਾ ਸੀਗਾ ਜੀ ਤੇ ਇੱਕ ਆ ਜਿੱਥੇ ਕਮਰੇ ਬਣੇ ਪਏ ਆ ਜੀ ਇਹ ਇੱਥੇ ਸੀਗੇ ਜੀ ਦੋ ਤਿੰਨ ਉਹ ਕਾਰਨ ਹੀ ਡਿੱਕਾ ਪੈਂਦਾ ਸੀਗਾ ਜੀ ਉਹ ਹੋਰ ਤਾਂ ਕੁਝ ਕਰਨੀ ਸੀਗਾ ਤਾਂ ਸਰਪੰਚ ਸਾਹਿਬ ਜਿਸ ਤਰ੍ਹਾਂ ਕਿਹਾ ਗਿਆ ਉਹਦੇ ਵਿੱਚ ਕਿ ਮਨਜ਼ੂਰੀ ਨਹੀਂ ਲਈ ਗਈ ਵਿਭਾਗ ਦੀ ਕਿਸੇ ਦੀ ਵੀ ਹਨਾ ਬੀਡੀਪੀਓ ਦੀ ਸੈਕਟਰੀ ਦੇ ਉਹ ਜਿਸ ਤਰ੍ਹਾਂ ਪੱਤਰ ਤੁਹਾਨੂੰ ਜਾਰੀ ਕੀਤਾ ਗਿਆ ਪਰ ਕੀ ਇਹ ਹੁੰਦਾ ਕਿ ਮੈਨੂੰ ਤਾਂ ਨਹੀਂ ਪਤਾ ਤੁਸੀਂ ਸਮਝਾਓ ਹਨਾ ਕਿ ਕੀ ਮਨਜ਼ੂਰੀ ਲੈਣੀ ਜ਼ਰੂਰੀ ਆ ਜਾਂ ਪੰਚਾਇਤ ਆਪਣੇ ਬਿਹਫ ਤੇ ਮਤਾ ਪਾ ਕੇ ਪੱਟ ਸਭ ਨੂੰ ਨੰਤਾ ਇਹ ਕਹਿੰਦਾ ਪੰਚਾਇਤ ਇਜ਼ ਅ ਲੋਕਲ ਗਵਰਨਮੈਂਟ ਆਫ ਵਿਲੇਜ ਸਰਪੰਚ ਇਜ਼ ਇਜ਼ ਦਾ ਸੀਐਮ ਆਫ ਦਾ ਵਿਲੇਜ ਸੋ ਪੰਚਾਇਤੀ ਰਾਜ ਤੇ ਅਧਿਕਾਰ ਤਾਂ ਬਹੁਤ ਹੈ ਪਰ ਉਹਨਾਂ ਅਧਿਕਾਰਾਂ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ ਸੋ ਕਿੱਥੇ ਰਹਿ ਗਿਆ ਅਧਿਕਾਰ ਪੰਚਾਇਤ ਬੈਠਦੀ ਆ ਠੀਕ ਆ ਲਿਖਤੀ ਸਾਰਾ ਕੋਰਮ ਪੂਰਾ ਪੰਚਾਇਤ ਦਾ 13 ਦੇ 13 ਮੈਂਬਰ ਦਾ ਕੋਈ ਚੀਜ਼ ਜਿਹੜੀ ਸਾਨੂੰ ਕੋਈ ਡਿੱਕਾ ਲਾ ਰਿਹਾ ਜਾਂ ਸਿਉਖ ਨਾਲ ਖਾਦੇ ਰੱਖਦਾ ਉਹ ਗੁਰੂ ਘਰ ਨੂੰ ਚੁਕਾ ਦਿੱਤੇ ਜਗੇ ਤੇ ਉਸ ਤੋਂ ਬਾਅਦ ਯਾਰ ਕਾਰਵਾਈਆਂ ਸੋ ਮੈਂ ਦੋਸਤੋ ਦੱਸਣਾ ਚਾਹੁੰਨਾ ਤੁਹਾਡੇ ਮਾਧਿਅਮ ਰਹਿਣ ਇੱਕ ಗ್ರಾಮ ਪੰਚਾਇਤ ਉਹ ਪੰਚਾਇਤ ਆ ਜਿਹੜਾ 9000 ਨੇ 9000 ਨੇ ਮੂਵਮੈਂਟ ਖੜੀ ਕੀਤੀ ਸੀ ਲੋਕਪਾਲ ਦੀ ਲੋਕਪਾਲ ਜੇ ਕਿਤੇ ਬਣਿਆ ਸਹਨੇ ਪੰਚਾਇਤ ਨੇ ਬਣਾਇਆ ਬਾਜ਼ਾਰ 'ਚ ਖੜ ਕੇ ਲੋਕਪਾਲ ਬਣਾਇਆ ਲੋਕਾਂ ਨੂੰ ਇਕੱਠੇ ਕਰਕੇ ਲੋਕਪਾਲ ਬਣਾਇਆ ਸੱਤ ਮੈਂਬਰੀ ਕਮੇਟੀ ਆ ਲੋਕਪਾਲ ਦੇ ਜੀ ਚ ਚਾਰ ਬੰਦੇ ਆਮਦੇ ਨੇ ਇੱਕ ਕਾਂਗਰਸ ਦਾ ਪੰਜ ਛੇਮਾ ਅਕਾਲੀ ਦਲ ਦਾ ਸਤਮਾ ਨਿਊਟਰਲ ਬੰਦਾ ਨੌਜਵਾਨ ਸੋ ਮੈਂ ਤਾਂ ਇਹ ਵੀ ਕਿਹਾ ਸੱਤਾ ਚੋ ਜਿੱਦੇ ਚਾਰ ਕਹਿ ਦੇਣਗੇ ਸਰਪੰਚ ਤੂੰ ਪਿੰਡ ਵਾਸਤੇ ਕੋਈ ਮਾੜਾ ਕੰਮ ਕਰ ਰਿਹਾ ਉਹਦੇ ਇਸਤੀਫਾ ਦੇ ਸੋ ਉਹ ਜਿਹੜੇ ਚਾਰ ਬੰਦੇ ਨੇ ਉਹਨਾਂ ਨੂੰ ਲਿਆ ਕੇ ਕਹਾ ਦੇਣ ਨਾ ਵੀ ਸਰਪੰਚ ਨੇ ਅੱਜ ਤੱਕ ਮਾੜਾ ਕੰਮ ਕੀਤਾ ਸੋ ਮੈਂ ਦੋਸਤੋ ਦੱਸਣਾ ਚਾਹਣਾ ਪਿਛਲੀਆਂ ਗੱਲਾਂ ਚ ਮੈਂ ਵੱਧ ਨਾ ਪਾਵਾਂ ਸੋ ਸਾਰਾ ਜਿਹੜਾ ਸਟਰਕਚਰ ਆ ਸਹਨੇ ਪਿੰਡ ਦਾ ਢਾਹ ਢੇਰੀ ਹੋ ਚੁੱਕਿਆ ਸੀ ਜਿਸ ਦਿਨ ਅਸੀਂ ਪੰਚਾਇਤ ਸੰਭੀ ਠੇਕਾ ਕਿੰਨਾ ਸੀ ਸਾਡਾ 272000 ਕਿੰਨੇ ਕਿੱਲੇ ਆ 56 57 ਕਿੱਲੇ ਆ ਅੱਛਾ ਨਾਲੇ ਕੌਣ ਲੱਗਿਆ ਵਾ ਸੀ ਪ੍ਰਬੰਧਕ ਲੱਗਿਆ ਸੀ ਉਹ ਗਰਾ ਰਿਆ 272 ਅਸੀਂ ਪਹਿਲੇ ਸਾਲ 13 ਲੱਖ ਗਰਾ ਰਹੇ ਹਾਂ ਕਿਸੇ ਬਾਣ ਚ ਮੋਟਰ ਨਹੀਂ ਕਿਸੇ ਬਾਣ ਚ ਨਹੀਂ ਅੱਜ ਅਸੀਂ 16 17 ਲੱਖ ਤੇ ਪਹੁੰਚੇ ਪਿਆ ਉਸੇ ਜ਼ਮੀਨ ਦਾ ਉਸੇ ਜ਼ਮੀਨ ਦਾ ਕਿ ਕੰਮ ਨਹੀਂ ਇਹ ਕੰਮ ਦਿਖਦਾ ਨਹੀਂ ਸਰਕਾਰ ਨੂੰ ਦੂਸਰਾ ਲੋਕਪਾਲਾ ਵਾਲੀ ਕਮੇਟੀ ਜਿਹੜੀ ਬਣਾਈ ਐ ਉਹਨੂੰ ਸਾਰੇ ਅਧਿਕਾਰ ਦਿੱਤੇ ਆ ਉਹਨੂੰ ਕਮਾਕਾਰਾਂ ਦੀ ਜਾਣਕਾਰੀ ਦਿਨਾ ਪਰ ਉਹਨਾਂ ਨੂੰ ਵੀ ਇਹ ਆਮ ਆਦਮੀ ਦੇ ਲੋਕਾਂ ਨੇ ਡਰਾਤਾ ਹੁਣ ਉਹ ਮੀਟਿੰਗ ਕਰਦੇ ਨਹੀਂ ਪਤਾ ਨਹੀਂ ਡਰ ਗਏ ਮੈਂ ਤਾਂ ਕਹਿੰਦਾ ਵੀ ਮੇਰਾ ਜਿਹੜੇ ਸਾਰੇ ਅਕਾਊਂਟ ਜਨ ਤੱਕ ਕੀਤੇ ਆ ਤੁਸੀਂ ਦੱਸੋ ਇੱਕ ਇਲਜ਼ਾਮ ਮੇਰੇ ਤੇ ਲਾਇਆ ਇਹਨਾਂ ਨੇ ਮੂਣੀਆ ਕੋਈ ਵੀ ਆਪਣੇ ਮਾਤਾ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਇਹ ਕਿਹੜੇ ਕਾਨੂੰਨ ਚ ਲਿਖਿਆ ਵੀ ਮੈਂ ਆਪਣੇ ਪੇਰੈਂਟਸ ਦਾ ਸਾਥ ਨਹੀਂ ਦੇ ਸਕਦਾ ਮੈਂ ਆਪਣੀ ਸੀਨੀਅਰ ਸਿਟੀਜ਼ਨ ਮਾਤਾ ਦੇ ਨਾਲ ਖੜ ਕੇ ਕੰਮ ਨਾ ਕਰਾ ਸਕਾਂ ਉਹ ਗੱਲ ਤਾਂ ਜੇ ਕਿਤੇ ਮੇਰੇ ਮਤਿਆਂ ਚ ਸੈਨਾ ਜੇ ਕਿਤੇ ਚੈੱਕਾਂ ਚ ਸੈਨਾ ਉਹ ਜੇ ਸਾਬਤ ਕਰੋ ਨਾ ਤੁਸੀਂ ਫਿਰ ਮੈਨੂੰ ਸਸਪੈਂਡ ਕਰੋ ਇਹ ਸਸਪੈਂਡ ਕਿਉਂ ਕਿਉਂ ਕੀਤਾ ਮੈਂ ਉਹ ਸਹਿਯੋਗ ਤਾਂ ਬੰਦਾ ਜੇ ਕੋਈ ਬਜ਼ੁਰਗ ਬਿਰਧ ਮਾਤਾ ਪਿਤਾ ਤਾਂ ਦੇ ਹੀ ਸਕਦਾ ਨਹੀਂ ਇੱਥੇ ਤਾਂ ਮੰਤਰੀਆਂ ਮੁੱਖ ਮੰਤਰੀਆਂ ਦੇ ਐਮਐਲਏ ਤੱਕ ਦੇ ਨਿਆਣੇ ਜਾਂ ਭੈਣ ਭਾਈ ਨਹੀਂ ਮਾਨ ਹੈਗੇ ਉਤਰੇ ਫਿਰਦੇ ਆ ਤੁਸੀਂ ਮੈਨੂੰ ਗੱਲ ਦੱਸੋ ਸਰਦਾਰ ਭਗਵੰਤ ਸਿੰਘ ਮਾਨ सीएम ऑफ पंजाब ਉਹਨਾਂ ਦੇ ਧਰਮ ਪਤਰੀ ਕਿੱਥੇ ਨਹੀਂ ਸਹਿਯੋਗ ਕਰਦੇ ਜੀ ਸਾਨੂੰ ਕੋਈ ਆਬਜੈਕਸ਼ਨ ਨਹੀਂ ਅਸੀਂ ਖੁਸ਼ ਹਾਂ ਪਰਿਵਾਰ ਦਾ ਮੈਂਬਰ ਸਹਿਯੋਗ ਕਰੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਕਿੱਥੇ ਨਹੀਂ ਜਾਂਦੇ ਜੀ ਉਹਨਾਂ ਦੇ ਸਤਿਕਾਰਯੋਗ ਭੈਣ 2-2 ਕਿਲੋ ਕਿਲੋ ਸੋਨਾ ਪਾ ਕੇ ਕਿੱਥੇ ਅਦਗਟਣ ਨਹੀਂ ਕਰ ਰਹੇ ਜੀ ਜਾਂ ਚੇਅਰਮੈਨ ਲਾਉਣ ਦੀ ਪ੍ਰਕਿਰਿਆ ਵਿੱਚ ਨਹੀਂ ਬੈਠੇ ਜੀ ਜਾਂ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਨੇ ਉਹਨਾਂ 'ਚ ਬੈਠੇ ਫੋਟੋਆਂ ਵਾਇਰਲ ਹੋ ਗਈਆਂ ਸਾਡਾ ਆਪਣੇ ਪੇਰੈਂਟਸ ਨਾਲ ਖੜਨਾ ਉਹਨਾਂ ਦਾ ਸਹਿਯੋਗ ਕਰਨਾ ਤੁਹਾਨੂੰ ਕਿਉਂ ਅਖੜਦਾ ਅੱਛਾ ਸਰਪੰਚ ਸਾਹਿਬ ਤੁਹਾਡੇ ਤੇ ਇੱਕ ਇਲਜ਼ਾਮ ਇਹ ਆ ਵੀ ਤੁਸੀਂ ਨਾ ਬੇਲੋੜੀ ਦਖਲਅੰਦਾਜ਼ੀ ਕਰਦੇ ਹੋ ਅਧਿਕਾਰਾਂ ਦੀ ਦੁਰਵਰਤੀ ਦੁਰਵਰਤੋਂ ਕਰਦੇ ਹੋ ਤੁਹਾਡੇ ਤੇ ਇੱਕ ਸ਼ਿਕਾਇਤ ਪਿੱਛੇ ਜਿਹਾ ਵੀ ਮੈਨੂੰ ਪਤਾ ਗਈ ਸੀ ਕਿ ਤੁਸੀਂ ਅੜਿੱਕਾ ਬਣਦੇ ਹੋ ਸਰਕਾਰੀ ਕੰਮਾਂ 'ਚ ਅੜਿੱਕਾ ਬਣਦੇ ਹੋ ਤੁਸੀਂ ਸਰਕਾਰੀ ਕੰਮਾਂ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਵੀਰੇ ਪਿੰਡ ਸਹਿਣਾ ਨਾ ਬਹੁਤ ਵੱਡੀ ਰੋਹਾਨੀ ਸ਼ਕਤੀ ਬਰਸਦੀ ਆ ਇੱਥੋਂ ਮੈਨੂੰ ਹਿਸਟਰੀਕਲ ਵਿੰਦ ਦਵਾਈ ਆ ਲੋਕਾਂ ਨੇ ਸੋ ਉਹ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਨੇ ਉਸ ਨੂੰ ਜੇ ਮੈਂ ਸਰ ਕਰਨਾ ਤਾਂ ਮੈਂ ਸਰਕਾਰ ਦੇ ਖਿਲਾਫ ਵੀ ਕਿਤੇ ਖੜੂਗਾ ਅਫਸਰਾਂ ਦੇ ਖਿਲਾਫ ਵੀ ਕਿਤੇ ਖੜੂਗਾ ਕਿਤੇ ਉਹਨਾਂ ਦੇ ਨਾਲ ਵੀ ਖੜੂਗਾ ਸੋ ਪਿੰਡ ਦੇ ਕੰਮ ਕਰਾਉਣ ਕਰਾਉਣੇ ਕੋਈ ਖਾਲਾਜੀ ਦਾ ਵਾੜਾ ਨਹੀਂ ਪਿੱਛੇ ਜੇ ਇੱਕ ਸੀਡੀਪੀਓ ਦਫ਼ਤਰ ਹੈ ਨਾ ਉੱਥੇ ਆਂਗਣਵਾੜੀ ਦਾ ਸਾਰਾ ਸਿਸਟਮ ਹੈ ਬੱਚਿਆਂ ਨੂੰ ਫੂਡ ਦਾ ਸਿਸਟਮ ਹੈ ਉੱਥੇ ਬਜ਼ੁਰਗਾਂ ਦੀ ਪੈਨਸ਼ਨ ਦਾ ਸਿਸਟਮ ਆ ਉਹ ਇੱਥੋਂ ਦਫ਼ਤਰ ਹੀ ਚੱਕ ਕੇ ਲੈ ਕੇ ਜਾ ਰਹੇ ਸੀ ਤਾਂ ਉਸ ਦਾ ਗੱਡ ਕੇ ਧਰਨਾ ਲਾਇਆ ਅਫਸਰਾਂ ਦੇ ਖਿਲਾਫ ਜਨਤਕ ਧਰਨਾ ਲਾਈਵ ਹੋ ਕੇ ਧਰਨਾ ਉਹਨਾਂ ਨੇ ਜਾ ਕੇ ਮੇਰੇ ਤੇ ਰਿਪੋਰਟ ਕਰਤੀ ਵੀ ਇਹ ਧਰਨਾ ਲਾ ਰਿਹਾ ਕੀ ਧਰਨਾ ਲਾਉਣਾ ਸਾਡਾ ਅਧਿਕਾਰ ਨਹੀਂ ਔਰ ਰਿਪੋਰਟ ਦਾ ਕੀ ਬਣਿਆ ਜੀ ਮੇਰੇ ਹੱਕ ਚ ਹੋ ਗਈ ਸੋ ਇਹ ਬੇਲੋੜੇ ਪਿੱਛੇ ਜਿਕੇ ਸ਼ਿਕਾਇਤ ਕੀਤੀ ਸੀ ਤੁਹਾਡੇ ਪਿੰਡ ਦੇ ਇੱਕ ਪਿੰਡ ਵਾਸੀ ਨੇ ਤੁਹਾਡੇ ਨੇ ਕਿ ਅੜਿੱਕਾ ਬਣਦੇ ਸਰਪੰਚ ਸਾਹਿਬ ਕੰਮਾਂ ਚ ਇਹ ਸਰਪੰਚ ਦੇ ਪੁੱਤਰ ਨੇ ਜਿਹੜੇ ਨਹੀਂ ਅੜਿੱਕਾ ਦਾ ਕੋਈ ਪ੍ਰੂਫ ਤਾਂ ਦਿਓ ਉਹ ਬੰਦਾ ਮੇਰੇ ਕੋਲੇ ਫੋਨ ਤੇ ਮੰਨ ਰਿਹਾ ਮੈਂ ਤਾਂ ਸ਼ਿਕਾਇਤ ਹੀ ਨਹੀਂ ਕਰਦਾ ਭਰਾ ਆਪਾਂ ਨੂੰ ਲੜਾ ਰਹੇ ਨੇ ਉਹਦੀ ਹਾਲਾਂਕਿ ਬीडीपीਓ ਵੱਲੋਂ ਤੁਹਾਡੇ ਮਾਤਾ ਜੀ ਸਰਪੰਚ ਨੇ ਉਹਨਾਂ ਨੂੰ ਪੱਤਰ ਜਾਰੀ ਕੀਤਾ ਜਾਂਦਾ ਕਿ ਤੁਹਾਡੇ ਪੁੱਤਰ ਖਿਲਾਫ ਸ਼ਿਕਾਇਤ ਆਈ ਆ ਤੇ ਤੁਹਾਡੇ ਮਾਤਾ ਜੀ ਵੱਲੋਂ ਜਵਾਬ ਵੀ ਦਿੱਤਾ ਜਾਂਦਾ ਤੁਹਾਡੇ ਵੱਲੋਂ ਵੀ ਪਰ ਉਹ ਬੰਦਾ ਜਿਹੜਾ ਵੀਡੀਓ ਸਾਹਿਬ ਨੇ ਕਿਹਾ ਸੀ ਕਿ ਜਿਸ ਦੀ ਸ਼ਿਕਾਇਤ ਆ ਉਹਦੇ ਨਾਲ ਕਦੇ ਗੱਲਬਾਤ ਹੋਈ ਉਹ ਕੀ ਕਹਿੰਦਾ ਉਹਦੇ ਨਾਲ ਕਿਤੇ ਆ ਮੇਰੀ ਗੱਲਬਾਤ ਹੋਈ ਫੋਨ ਤੇ ਉਹਦੀ ਰਿਕਾਰਡਿੰਗ ਲਓ ਮੈਥੋਂ ਉਹ ਤਾਂ ਕਹਿੰਦਾ ਭਰਾਵਾ ਆਪਾਂ ਨੂੰ ਲੜਾ ਰਹੇ ਆ ਮੇਰੀ ਤਾਂ ਕੋਈ ਸ਼ਿਕਾਇਤ ਹੀ ਨਹੀਂ ਤੇਰੇ ਖਿਲਾਫ ਪਰ ਤੁਹਾਡੇ ਖੜੇ ਕਿਉਂ ਪਏ ਹੋਇਆ ਅਫਸਰ ਇਹਨੇ ਖੜੇ ਖੜੇ ਦਾ ਤੁਸੀਂ ਸੋਚ ਸਕਦੇ ਹੋ ਵੀ ਕਿਉਂ ਪਏ ਆ ਵੀ ਜਿਹੜਾ ਉਹ ਰਾਜਨੀਤਿਕ ਪਾਰਟੀਆਂ ਨਾਲ ਰਲ ਕੇ ਆ ਚਲੋ ਮੈਂ ਵੈਸੇ ਹੀ ਗੱਲ ਕਰ ਲੈਣਾ ਤੁਹਾਡੀ ਪਿੱਛੇ ਲਾਭ ਸਿੰਘ ਗੋਗੋਕੇ ਨਾਲ ਤੂੰ ਤਾਂ ਮੈਂ ਹੋਈ ਕਿਸੇ ਗੱਲ ਨੂੰ ਲੈ ਕੇ ਚਲੋ ਇੱਕ ਹੋ ਗਈ ਹੁਣ ਕੀ ਕੀ ਹੁਣ ਪਿੰਡ ਦੇ ਵਿਕਾਸ ਚ ਆਈ ਡਿੱਕਾ ਬਣੀ ਜਾਣਗੇ ਹੀ ਮਸਲੇ ਵੈਸੇ ਨਹੀਂ ਕਦੇ ਬੈ ਕੇ ਯਾਰ ਐਮਐਲਏ ਕੋਲੇ ਜਾ ਕੇ ਵੀ ਆਪ ਆ ਯਾਰ ਆਪਾਂ ਬਹਿਨੇ ਆਪਾਂ ਤਾਂ ਕੰਮ ਦੀ ਗੱਲ ਕਰਦੇ ਕੋਈ ਪਿੰਡ ਨੂੰ ਅੱਗੇ ਵਧਾਣ ਦੀ ਗੱਲ ਕਰੇ ਨਾਲੇ ਸਰਪੰਚ ਕਦੋਂ ਤੋਂ ਹੋ ਗਏ ਪਾਰਟੀਆਂ ਦੇ ਕਾਲੀ ਕਾਂਗਰਸੀ ਇਹ ਕਿਹੜਾ ਕਿਸੇ ਦੀ ਟਿਕਟ ਤੇ ਲੜਦੇ ਆ ਵੈਸੇ ਇਹ ਚੀਜ਼ਾਂ ਨੂੰ ਤੁਸੀਂ ਪਿੱਛੇ ਛੱਡ ਦਿਓ ਜਾ ਕੇ ਐਮਐਲਏ ਨਾਲ ਹੱਥ ਮਿਲਾਓ ਯਾਰ ਜਿੱਥੇ ਤੁਹਾਨੂੰ ਅੱਜ ਚਾਰ ਪੈਸੇ ਕੱਟ ਮਿਲਦੇ ਉੱਥੇ ਵੱਧ ਮਿਲਣ ਕਰੋ ਕੰਮ ਤੁਸੀਂ ਜਿਹੜਾ ਮੇਰੇ ਪਿੰਡ ਦੇ ਵਿਕਾਸ ਦੇ ਦੁਸ਼ਮਣ ਵੀ ਹੱਥ ਬਟਾਏਗਾ ਨਾ ਸਰਪੰਚ ਨੰਗੇ ਪੈਰੀ ਦੰਡਾਟ ਕਰਦਾ ਉਹਦੇ ਕੋਲੇ ਜਾਏਗਾ ਫਿਰ ਐਮਐਲਏ ਕੋਲੇ ਕਿਉਂ ਨਹੀਂ ਜਾਂਦਾ ਜੇ ਮੇਰੇ ਐਮਐਲਏ ਨੇ ਕੀ ਹੱਤਕ ਨਹੀਂ ਕੀਤੀ ਸਾਡੇ ਕੀ ਬੋਲਿਆ ਜਨ ਤੱਕ ਥਾਂ ਤੇ ਉਸ ਤੋਂ ਪਹਿਲਾਂ ਐਮਐਲਏ ਨਾਲ ਮੇਰਾ ਕੀ ਸਬੰਧ ਆ ਉਹਦੀ ਰਿਕਾਰਡ ਲੈ ਲਓ ਕਿਸ ਭਾਸ਼ਾ ਨਾਲ ਮੈਂ ਉਹਦੇ ਨਾਲ ਸਤਿਕਾਰ ਨਾਲ ਗੱਲ ਕਰ ਰਿਹਾ ਹਰ ਜਗ੍ਹਾ ਉਹਨਾਂ ਨੂੰ ਮੈਂ ਆਡੀਓ ਭੇਜ ਕੇ ਕਹਿ ਰਿਹਾ ਮੇਰੇ ਪਿੰਡ ਦੇ ਆ ਵਿਕਾਸ ਦੇ ਕੰਮ ਆ ਇੱਥੇ ਆਓ ਤੁਸੀਂ ਸਹਿਯੋਗ ਕਰੋ ਸੋ ਜਿੱਥੇ ਲੋੜ ਪਈ ਉਹਦਾ ਸਤਿਕਾਰ ਮੈਂ ਮੇਰੇ ਤਾਂ ਚੋਣ ਮੈਨੀਫੈਸਟੋ ਚ ਮਾਤਾ ਜੀ ਦੇ ਇਹ ਲਿਖਿਆ ਵਾ ਵੀ ਇਲੈਕਟਿਡ ਬਾਡੀ ਜਿਹੜੀ ਵੀ ਪਿੰਡ ਆਈਗੀ ਉਹਦਾ ਸਤਿਕਾਰ ਕਰਾਂਗਾ ਸਾਡੇ ਪਿੰਡ ਦੇ ਇਸ ਤਰ੍ਹਾਂ ਹੱਤਕ ਕਰਕੇ ਜਾਵੇ ਹਜੇ ਤਾਂ ਸ਼ੁਰੂਆਤਾਂ ਨਹੀਂ ਮਿੱਤਰਾ ਅਜੇ ਅੱਗੇ ਅੱਗੇ ਆਗੇ ਦੇਖਿਓ ਹੁੰਦਾ ਹੈ ਕਿਆ ਪਹਿਲੇ ਸਾਲ ਚ ਇਹਨਾਂ ਦਾ ਇਹ ਹਾਲ ਹੋ ਗਿਆ ਨਾ ਲਾਲ ਸਿੰਘ ਕੋਕੇ ਵਾਲਿਆਂ ਦਾ ਸਰਕਾਰ ਦੀ ਚੜਤ ਹੁੰਦੀ ਆ ਪਹਿਲੇ ਸਾਲ ਤੋਂ ਦੂਸਰੇ ਸਾਲ ਤੋਂ ਸਿਖਰਾਂ ਤੇ ਤੀਸਰੇ ਚ ਚੌਥੇ ਪੰਜਵੇਂ ਚ ਥੋੜਾ ਜਿਹਾ ਕ੍ਰਿਟਿਸਿਜ਼ਮ ਹੁੰਦਾ ਇਹਨਾਂ ਦਾ ਪਹਿਲੇ ਸਾਲ ਚ ਕੀ ਹੋ ਗਿਆ ਹੁਣ ਯਾਰ ਮੈਨੂੰ ਉੱਥੇ ਜਨਤਕ ਥਾਂ ਤੇ ਤੁਹਾਡੇ ਚੈਨਲ ਰਾਹੀਂ ਇਹ ਕਹਿ ਰਿਹਾ ਵੀ ਮਾਰ ਮਾਰ ਲਫੜੇ ਤੈਨੂੰ ਅੰਦਰ ਕਰ ਦੇਵਾਂਗਾ ਕਹਿ ਰਿਹਾ ਨਾ ਨਹੀਂ ਬਾਅਦ ਚ ਉਹਨੇ ਸਪਸ਼ਟੀਕਰਨ ਦਿੱਤਾ ਉਹ ਕਹਿੰਦੇ ਮੈਂ ਇਹ ਕਿਹਾ ਵੀ ਜੇ ਕੋਈ ਹੋਰ ਹੁੰਦਾ ਤਾਂ ਉਹ ਤੁਹਾਨੂੰ ਮਾਰ ਮਾਰ ਕੇ ਲਫੜੇ ਉਹਨੇ ਅਜੰਦਰ ਸੱਟਿਆ ਹੁੰਦਾ ਸੀ ਤਾਂ ਫਿਰ ਵੀ ਤੁਹਾਡੀ ਗੱਲ ਸੁਣਦੇ ਇਹ ਤੁਹਾਡੇ ਚੈਨਲ 'ਚ ਰਿਕਾਰਡ ਆ ਮੈਨੂੰ ਇੱਕ ਸ਼ਬਦ ਦਿਖਾ ਦਿਓ ਉਹਨਾਂ ਨੇ ਐ ਕਿਹਾ ਹੋਵੇ ਉਹਨਾਂ ਨੇ ਫਸਟ ਕਿਹਾ ਵੀ ਮਾਰ ਮਾਰ ਲਫੜੇ ਤੈਨੂੰ ਅੰਦਰ ਸੁਟਿਆ ਹੁੰਦਾ ਠੀਕ ਆ ਹਾਂਜੀ ਇੱਕ ਆ ਰਿਹਾ ਹਾਂਜੀ ਚਲੋ ਮੈਂ ਹੋਰ ਅੱਗੇ ਬਾਬੇ ਦੀ ਨਾਲ ਸਾਸਿਓ ਬਾਪੂ ਜੀ ਸਤਿ ਸ੍ਰੀ ਅਕਾਲ ਪਿੰਡਾ ਤੁਹਾਡਾ ਹਾਂਜੀ ਹਾਂਜੀ ਕੀ ਨਾਮ ਆ ਬਲਦੇਵ ਸਿੰਘ ਜੀ ਬਲਦੇਵ ਸਿੰਘ ਕੀ ਕਹਿਣਾ ਚਾਹੁੰਦੇ ਹੋ ਕਾਰਵਾਈ ਹੋਈ ਸਰਪੰਚ ਸਾਹਿਬ ਦੇਖੋ ਜੀ ਵਾਇਰੂ ਖਾਲਸਾ ਵਾਇਰ ਫਤਿਹ ਜੇ ਪਿੰਡ ਦਾ ਵਿਕਾਸ ਸੀ ਬਹੁਤ ਤਰੀਕੇ ਨਾਲ ਚੱਲ ਰਿਹਾ ਸੀ ਔਰ ਬਹੁਤ ਭਾਵਨਾ ਵਾਲੇ ਲੋਕ ਜੁੜ ਕੇ ਪੂਰੀ ਮਤਲਬ ਬੋਡੀ ਨਾਲ ਸਾਰੀ ਨਾਲ ਜੁੜ ਕੇ এডਿਕੇਸ਼ਨ ਮਤਲਬ ਲੋਕਾਂ ਨਾਲ ਜੁੜ ਕੇ ਇਹ ਸਰਪੰਚ ਚੋਣਾਂ ਕਰਿਆ ਸੀ ਉਹ ਚੋਣ ਵੀ ਤੁਸੀਂ ਸਾਹਮਣੇ ਆਪ ਦੇਖ ਲਿਆ ਕਿੰਨੇ ਡਿਫਰੈਂਸ ਨਾਲ ਮਤਲਬ ਸਰਪੰਚੀ ਮਿਲੀ ਹਾਂ ਤੇ ਹੁਣ ਉਹ ਇਹ ਵਾਸਤੇ ਪਿੰਡ ਦੇ ਵਿਕਾਸ ਵਾਸਤੇ ਸਾਰੇ ਕੰਮ ਕੀਤੇ ਸੀ ਜੀ ਸਾਡਾ ਖੇਲਾਂ ਦਾ ਮੇਨ ਸੀ ਸਿਹਤ ਦਾ ਮੇਨ ਸੀ ਔਰ ਲੜਕਿਆਂ ਦੀ ਪੜ੍ਹਾਈ ਰਮੀ ਸੀ ਬੱਚਿਆਂ ਦੀ ਪੜ੍ਹਾਈ ਜਿਹੜੇ ਸਾਡੇ ਸਕੂਲ ਨੇ ਬਹੁਤ ਸਟੈਂਡਰਡ ਤੇ ਹੋਏ ਨੇ ਪਰ ਬਹੁਤ ਨੀਚੇ ਸੀ ਸਟੈਂਡਰਡ ਉਹਨਾਂ ਦਾ ਬਹੁਤ ਉੱਚਾ ਹੋਇਆ ਉਸ ਤੋਂ ਬਾਅਦ ਹਰ ਕੰਮ ਵਿੱਚ ਵਿਕਾਸ ਹੋਇਆ ਉਸ ਤੋਂ ਬਾਅਦ ਜਿਹੜੇ ਕੁਝ ਪਿੰਡ ਦੇ ਹੁੰਦੇ ਨੇ ਸਾਰੇ ਦਰਾਂਦ ਨੇ ਉਹਨਾਂ ਲੋਕਾਂ ਨੇ ਥੋੜਾ 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 ਮਤਲਬ ਇਸ ਚੀਜ਼ ਨੂੰ ਰਕਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹ ਸਾਨੂੰ ਹੀ ਭਰਾ ਲੱਗਾ ਕਿ ਪਿੰਡ ਲੈਵਲ ਤੇ ਲੋਕਾਂ ਨੂੰ ਇਹਨੂੰ ਨਾ ਮਤਲਬ ਸਹਿਯੋਗ ਨਹੀਂ ਮਿਲਿਆ ਤਾਂ ਉਲਟੇ-ਪਲਟੇ ਕੰਮ ਜਿਵੇਂ ਹੁਣ ਦਰਸਤਾਂ ਵਾਲੇ ਕੰਮ ਦੇਖੋ ਸਾਨੂੰ ਦੋਨਾਂ ਆਪਣੇ ਪ੍ਰਧਾਨ ਨੇ ਦੱਸ ਤਾ ਸਾਰੀ ਗੱਲ ਉਹ ਚ ਮੈਂ ਵੀ ਸਕੱਤਰਾਂ ਕਮੇਟੀ ਚ ਤੇ ਉਹ ਦਰਸਤ ਬਿਲਕੁਲ ਵਿੱਚ 60 70% ਸੁੱਕੇ ਵੀ ਸੀ ਜਿਹੜੇ ਸ਼ੌਂਕ ਲੱਗੇ ਹੋਏ ਸੀ ਡਿੱਗ ਰਹੇ ਸੀ ਇੱਕ ਜਿਹੜਾ ਗੇਟ ਦੇ ਵਿੱਚ ਬੋਰਡ ਸੀ ਜਰੂਰ ਹਾਇਆ ਸੀ ਉਹ ਵੀ ਉਰ ਗੇਟ ਦੇ ਆਉਣ ਦੇ ਕਾਰਨ ਸਾਰਿਆਂ ਦੀ ਸਹਿਮਤੀ ਨਾਲ ਪੰਚਾਇਤ ਦੇ ਮਤੇ ਮੁਤਾਬਕ ਉਸ ਤੋਂ ਬਾਅਦ ਫਿਰ ਉਹ ਜੂਰ ਕੀਤਾ ਜੂਰ ਕੀਤਾ ਲੰਗਰ ਵਾਸਤੇ ਗੁਰਦੁਆਰਾ ਵਾਸਤੇ ਕੋਈ ਕਿਸੇ ਦੀ ਨਹੀਂ ਪਰੇਸ਼ਾਨੀ ਹੁਣ ਅਸੀਂ ਇਹੀ ਚਾਹੁੰਦੇ ਆ ਐਮਐਲਏ ਸਾਨੂੰ ਉਹਦੇ ਵੀ ਕਿਹਾ ਸੀ ਉਸ ਨੂੰ ਮੈਂ ਸਤਿਕਾਰ ਕਰਿਆ ਸੀ ਵੀ ਦੇਖੋ ਜਿਹੜਾ ਕੰਪਿੰਡ ਪਿੰਡ ਪਹਿਲਾਂ ਬਣਿਆ ਉਹ ਉਸ ਨੂੰ ਨਾ ਖਰਾਬ ਕਰੋ ਹਸਪੀਟਲ ਬਣਾਵ ਸੀ ਹੌਪਲਿਕ ਨਹੀਂ ਸਹੂਲਤ ਸੀ ਉਹਦੇ ਪਿੱਛੇ ਤੁਸੀਂ ਨੀਚੇ ਵਾਲਾ ਕੰਮ ਕਰ ਰਹੇ ਹੋ ਅਸੇ ਇਹ ਬਜਟ ਜਿਹੜੀ ਤੁਹਾਡੀ ਕੱਲ ਨੂੰ ਸਰਕਾਰ ਦal ਗਈ ਤੇ ਇੱਥੇ ਖੜ ਜੂਗਾ ਲੈਣਾ ਸਟੈਂਡਰਡ ਉਹ ਤਾਂ ਗਿਆ ਨਾ ਸਾਡਾ ਇਹ ਹੁਣ ਪਾਣੀ ਵਾਲਾ ਵਿਕਾਸ ਵਾਲਾ ਚਲੋ ਦੂਜਾ ਹੋ ਗਿਆ ਸੜਕਾਂ ਵਾਲਾ ਨਾਲੀਆਂ ਵਾਲਾ ਬਣ ਗਿਆ ਹੁਣ ਪਾਣੀ ਦੀ ਵੱਡੀ ਸਮੱਸਿਆ ਸੀ ਪੂਰੇ ਪਿੰਡ ਦੀ ਸਮੱਸਿਆ ਸੀ ਉਸ ਨੂੰ ਮੇਰਾ ਕੱਲ ਵੀ 60-70% ਹੱਲ ਕਰ ਲਿਆ ਸੀ ਹੱਲ ਹੋ ਗਿਆ ਸੀ ਹੁਣ ਜਿਹੜੀਆਂ ਨਾਲਾਂ ਰਹੀਆਂ ਉਹਦੇ ਨੂੰ ਰਿਕੁਐਸਟ ਕੀਤੀ ਸੀ ਵੀ ਜਿਹੜੀ ਪਾਈ ਪਹਿਲਾਂ ਪਾਈ ਉਹ ਹੀ ਪਾਈ ਲੈ ਕੇ ਪਾਈ ਜਾਵੇ ਪਿੰਡ ਨੂੰ ਸੈਟੀਸਫਾਈ ਕਰ ਦਿਓ ਪਿੰਡ ਤੁਹਾਡੇ ਨਾਲ ਤਾਂ ਹੀ ਖੜੂਗਾ ਜੇ ਤੁਸੀਂ ਪਿੰਡ ਦਾ ਵਿਕਾਸ ਕਰੋਗੇ ਨਹੀਂ ਤਾਂ ਫਿਰ ਦੋਸਤੋ ਅਜਿਹਾ ਨਹੀਂ ਹੋਇਆ ਧੰਨਵਾਦ ਜੀ ਹੋਰ ਜੀ ਕੋਈ ਪਿੰਡ ਵਾਸੀ ਕੁਝ ਕਹਿਣਾ ਚਾਹੁੰਦਾ ਮੈਂ ਲਗਭਗ ਪ੍ਰੋਗਰਾਮ ਦਾ ਅਖੀਰ ਕਰਨ ਲੱਗਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇੱਕ ਆਪਣੇ ਆਮ ਕਿਹਾ ਜਾਂਦਾ ਵੀ ਜਦੋਂ ਇੱਕ ਦਰਖਤ ਪੱਟਿਆ ਜਾਂਦਾ ਉਹਦੀ ਜਗ੍ਹਾ ਆਪਾਂ ਦਰਖਤ ਲਾਉਨੇ ਆ ਤੁਸੀਂ ਇੱਥੇ ਇੱਕ ਵਾਰ ਕੈਮਰਾ ਪਲੀਜ਼ ਘੁਮਾਓ ਕੋਈ ਨਹੀਂ ਬਾਤ ਚ ਘੁਮਾਉਣਗੇ ਜੇ ਸ਼ਾਟ ਲੈ ਲੈ ਵੇਖੋ ਉਹਨਾਂ ਨੇ ਕਿਹਾ 8-10 ਦਰਖਤ ਪੱਟੇ ਗਏ ਆ ਇੱਥੇ ਅਸੀਂ 20-22 ਦਰਖਤ ਲਾਏ ਹੋਏ ਆ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਉਹਨਾਂ ਬਾਰੇ ਉਹਨਾਂ ਬਾਰੇ ਵੀ ਦੱਸਣਾ ਨਾ ਵੀ ਸਰਪੰਚ ਨੇ ਭਾਈ ਇਹਨੇ ਦਰਖਤ ਲਾਏ ਵੀ ਆ ਉੱਥੇ ਤੇ ਇਸ ਕਰਕੇ ਤਾਂ ਬਸ ਐਵੇਂ ਕਿਹੜਾ ਕੱਢਣ ਦੀ ਐ ਵੀ ਆਪਦੀਆਂ ਰਾਸੀ ਕਿਹੜਾਂ ਕੱਢਣੀਆਂ ਨੇ ਤੇ ਉਹ 22 ਸਾਡਾ ਕੰਮ ਕਰਦਾ ਬਸ ਇਹੀ ਇਹਨਾਂ ਨੂੰ ਰੜਕਦਾ ਉਹਦੇ ਤੋਂ ਬਿਨਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਅਖੀਰ ਤੇ ਕੀ ਕਹਿਣਾ ਚਾਹੁੰਦੇ ਆ ਅਖੀਰ ਤੇ ਮੈਂ ਕਹਿੰਦਾ ਜਿਹੜਾ ਮੇਰਾ ਦਰਖਤਾਂ ਦਾ ਇਲਜ਼ਾਮ ਆ ਮੈਂ ਤਾਂ 10 ਤੋਂ 12 ਲੱਖ ਦੇ ਐਨਆਰਆਈਆਂ ਤੋਂ ਪੈਸੇ ਲੈ ਕੇ ਟਰੀ ਗਾਰਡ ਸਮੇਤ ਦਰਖਤ ਪਿੰਡ ਚ ਲਵਾ ਚੁੱਕਿਆ ਸੋ ਮੈਂ ਇਹ ਇੰਨਾਂ ਚੀਜ਼ਾਂ ਤੋਂ ਮੈਂ ਝੁਕਾਂਗਾ ਮੈਂ ਤੁਹਾਨੂੰ ਦੱਸਦਾ ਮੈਂ ਦੰਡੌਤ ਕਰਦਾ ਜਾਵਾਂਗਾ ਜਿਹੜਾ ਮੇਰੇ ਪਿੰਡ ਦੇ ਹੱਕ ਸੱਚ ਵਾਸਤੇ ਮੇਰੇ ਪਿੰਡ ਦੀ ਆਵਾਜ਼ ਵਾਸਤੇ ਖੜੂਗਾ ਜਿਹੜਾ ਮੇਰੇ ਪਿੰਡ ਦੀ ਪੱਗ ਨੂੰ ਹੱਥ ਪਾਊਗਾ ਉਹ ਤੇ ਉੱਥੇ ਫਿਰ ਇਹ ਸਰਪੰਚ ਦਾ ਝੁਕਣਾ ਮਤਲਬ ਸਾਰਾ ਪਿੰਡ ਦਾ ਝੁਕਣਾ ਹੋਵੇ ਕੀ ਕਿਹਾ ਗਿਆ ਸੰਵ ਨਹੀਂ ਆਮ ਲੋਕ ਕੀ ਕਹਿੰਦੇ ਆ ਵੀ ਪੰਜਾਂ ਚ ਰੱਬ ਵਸਦਾ ਸੋ ਸਾਨੂੰ ਇਹ ਸਤਕਾਰ ਮਿਲਿਆ ਮੇਰੇ ਮਾਤਾ ਜੀ ਨੂੰ ਮਿਲਿਆ ਮੈਨੂੰ ਮਿਲਿਆ ਮੈਂ ਜੇ ਕਿਤੇ ਇੱਥੇ ਜਾ ਰਿਹਾ ਰਸਤੇ 'ਚ ਮੇਰੇ ਮੂਰੇ 70 80 ਸਾਲ ਦਾ ਬਜ਼ੁਰਗ ਮੇਰੇ ਮੂਰੇ ਹੱਥ ਜੋੜ ਕੇ ਪ੍ਰਣਾਮ ਕਰਦਾ ਉਹ ਮੇਰੀ ਦੇਨ ਨੂੰ ਨਹੀਂ ਕਰ ਰਿਹਾ ਮੇਰੇ ਕੱਪੜਿਆਂ ਨੂੰ ਨਹੀਂ ਕਰ ਰਿਹਾ ਮੇਰੀ ਜਿਹੜੀ ਅਹੁਦਾ ਲਿਆਕਤ ਆ ਜਾਂ ਜਿਹੜੀ ਮੈਂ प्राप्ति ਕੀਤੀ ਉਸ ਨੂੰ ਕਰ ਰਿਆ ਸੋ ਉਹ ਸਨਮਾਨ ਨੂੰ ਮੈਂ ਕਿਤੇ ਠੇਸ ਨਹੀਂ ਲੱਗਣ ਦੇਵਾਂਗਾ ਕਾਂਗਰਸ ਦੀ ਸਰਕਾਰ ਸੀ ਤਰਨੇ ਮਜਾਰੇ ਲਾ ਕੇ ਲੜ ਕੇ ਉਹਨਾਂ ਨਾਲ ਪਿੰਡ ਦੇ ਹੱਕ ਦਵਾਏ 45 ਲੱਖ ਰੁਪਿਆ ਗ੍ਰਾਂਟ ਲਈ ਜਿੱਥੇ 5 ਲੱਖ ਰੁਪਿਆ ਗ੍ਰਾਂਟ ਦੇ ਰਹੇ ਸੀਗੇ ਉਥੇ 45 ਲੱਖ ਕੀਤਾ ਸੋ ਹੋਰ ਵੀ ਗ੍ਰਾਂਟਾਂ ਅਸੀਂ ਲੈ ਕੇ ਆਏ ਆ ਪਿੰਡ ਵਾਸਤੇ ਸੋ ਇਹ ਜਿਹੜੀ ਲੜਾਈ ਆ ਇਹ ਲੜਾਈ ਸਿਆਸੀ ਹੈ ਬਦਲਾਖੋਰੀ ਦੀ ਹੈ ਸੋ ਇਹ ਪੰਚਾਇਤਾਂ ਨਾਲ ਜਿਹੜੀ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਉਹਨਾਂ ਨਾਲ ਇਸ ਤਰ੍ਹਾਂ ਦੀ ਬਦਲਾਖੋਰੀ ਦੀ ਨੀਤੀ ਚੰਗੀ ਗੱਲ ਨਹੀਂ ਗਈ ਤਾਂ ਸਾਡੇ ਕੋਲੇ ਜਿਹੜੇ ਅਗਲੇ ਰਾਹ ਖੁੱਲੇ ਨੇ ਕੋਟ ਆ ਠੀਕ ਆ ਦੂਸਰਾ ਮੈਂ ਤੁਹਾਡੇ ਮਾਧਿਅਮ ਰਾਹੀਂ ਜਦੋਂ ਇਹ ਕਹਿ ਚੁੱਕਿਆ ਜਦੋਂ ਮੈਂ ਇਲੈਕਸ਼ਨ ਲੜ ਕੇ ਪਹਿਲੀ ਸਪੀਚ ਕੀਤੀ ਸੀ ਉੱਥੇ ਕਹੇ ਸੀ ਵੀ ਮੈਂ ਨੈਕਸਟ ਟਾਈਮ ಗ್ರಾಮ ਪੰਚਾਇਤ ਸੈਨਾ ਦੀ ਇਲੈਕਸ਼ਨ ਨਹੀਂ ਲੜਾਂਗਾ ਕੀ ਕਾਰਨ ਸੀ ਮੈਂ ਚਾਹੁੰਦਾ ਸੀ ਵੀ ਕੋਈ ਨਵੀਆਂ ਉਮੀਦਾਂ ਵਾਲਾ ਨਵੇਂ ਜੋਸ਼ ਵਾਲਾ ਨੌਜਵਾਨ ਅੱਗੇ ਆਊਗਾ ਨਮੀ ਸੋਚ ਵਾਲਾ ਤਾਈਓ ਤਾਂ ਡਵੈਲਪਮੈਂਟ ਹੁੰਦੀ ਆ ਮੈਂ ਕਿਸੇ ਨੌਜਵਾਨ ਨੂੰ ਮੂਹਰੇ ਕਰਕੇ ਜਾਵਾਂਗਾ ਪਰ ਇਹਨਾਂ ਨੇ ਜਿਹੜਾ ਹੁਣ ਸਿਸਟਮ ਬਣਾਇਆ ਇਸ ਤਰ੍ਹਾਂ ਤਾਂ ਸਾਨੂੰ ਹਟਾ ਨਹੀਂ ਸਕਦੇ ਅਗਲੀ ਇਲੈਕਸ਼ਨ ਡੰਕੇ ਦੀ ਝੋਟ ਤੇ ਲੜਾਂਗਾ ਲਾਭ ਸਿੰਘ ਉਗੋਕੇ ਨੂੰ ਤੁਹਾਡੇ ਮਾਧਿਅਮ ਰਹੀਂ ਸਰਕਾਰੀ ਬੰਦਿਆਂ ਨੂੰ ਇੱਕੋ ਹੀ ਚੈਲੰਜ ਕਰਦਾ ਉਹ ਇਹ ਨਾ ਕਹੋ ਵੀ ਛੋਟੀ ਮੂੰਹ ਵੱਡੀ ਗੱਲ ਪਰ ਲੋਕਾਂ ਦੇ ਸਿਰ ਤੇ ਬੋਲ ਰਹੇ ਵੀ ਇਹ ਇਲੈਕਸ਼ਨ ਲੜਾਂਗਾ ਜੇ ਮੈਂ ਇਹ ਗੱਲ ਕਹਿ ਦਿਆਂ ਇਹ ਤੱਥਾਂ ਤੋਂ ਨਿਰਧਾਰ ਤੱਥਹੀਨ ਹੋਊਗੀ ਵੀ ਲਾਭ ਆ ਕੇ ਇੱਥੇ ਇਲੈਕਸ਼ਨ ਲੜੇ ਉਹ ਤਾਂ ਲੜ ਨਹੀਂ ਸਕਦਾ ਨਾ ਇਸ ਪਿੰਡ ਦਾ ਨਾ ਐਮਐਲਏ ਤੋਂ ਸਰਪੰਚੀ ਲੈਣੇ ਆਪ ਦਾ ਬੰਦਾ ਖੜਾ ਕਰੇ ਇਲੈਕਸ਼ਨ ਲੜੂਗਾ ਜੇ ਹਾਰ ਗਿਆ ਪਿੰਡ ਨਹੀਂ ਵੜਦਾ ਪਿੰਡ ਨੂੰ ਮੂੰਹ ਨਹੀਂ ਦਿਖਾਉਂਦਾ ਪਰ ਦੱਸ ਜੇ ਲਾਭ ਤੇਰਾ ਬੰਦਾ ਹਾਰਦਾ ਮੇਰੇ ਲੋਕ ਦੱਸਣਗੇ ਨਾ ਮੈਂ ਕੰਮ ਕੀ ਕੀਤੇ ਆ ਯਾਰ ਪਿੰਡ 'ਚ ਕੀ ਹੁਣ ਤੱਕ ਮੈਂ ਤਾਂ ਤੁਹਾਨੂੰ ਦੱਸਿਆ ਵੀ ਸਾਰਾ ਸਟਰਕਚਰ ਢਹ ਢੇਰੀ ਹੋ ਗਿਆ ਸੀ ਪੰਚਾਇਤਾਂ ਜੇਲਾਂ 'ਚ ਪਰਚੇ ਠੀਕਾ ਕੋਈ ਲੈ ਕੇ 90 ਲੱਖ ਰੁਪਏ ਵਿਦੇਸ਼ ਭੱਜ ਗਿਆ ਕੋਈ ਕਿਧਰੇ ਚਲਿਆ ਗਿਆ ਕੋਈ ਕਿਸ ਨੇ ਗਵਨ ਕੀਤਾ ਅਸੀਂ ਜੇ ਗਵਨ ਕੀਤਾ ਪੰਜੀ ਦਾ ਸਾਢੇ ਝੋਲੀ ਪਾਓ ਅਸੀਂ ਜੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਿਹਾ ਵੀ ਮੈਂ ਕਲੇਮ ਕਰਦਾ ਵੀ ਮੈਂ ਆਪਦੇ ਪੈਸੇ ਨਿੱਜੀ ਲਾਏ ਨੇ ਪੰਚਾਇਤ 'ਚ ਆਪਦੀ ਖੁਸ਼ੀ ਨੂੰ ਲਾਏ ਨੇ ਪਰ ਇਹ ਗ੍ਰਾਂਟ ਖਾਣਾ ਸਾਡੇ ਵਾਸਤੇ ਰੱਤ ਬਰਾਬਰ ਹੋਊਗਾ ਇਹ ਦਰਖਤ ਅਸੀਂ ਇਹ ਦਰਖਤ ਖਾ ਕੇ ਕਿੱਥੇ ਦੇਣਾ ਦੇਵਾਂਗੇ ਇਹ ਦਰਖਤ ਦਾ ਸਾਰੇ ਲੋਕ ਖੜੇ ਆ ਇਹਨਾਂ ਦੇ ਸਾਹਮਣੇ ਜਨਤਕ ਥਾਂ ਗਈ ਗੁਰਦੁਆਰਾ ਸਾਹਿਬ ਦੋਨੇ ਲੈ ਕੇ ਗਏ ਨੇ ਸਿਉਂਖ ਖਾਦੇ ਦਰਖਤ ਉਹਨਾਂ ਦੀ ਆੜ ਚ ਕਾਰਵਾਈ ਕਰਾ ਰਿਆ ਆਮ ਆਦਮੀ ਦਾ ਬੰਦਾ ਇੱਕ ਆ ਕਾਂਗਰਸ ਸੋ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਸਾਡੀ ਸੋਚ ਸਾਡੇ ਲੋਕਾਂ ਨਾਲ ਲੋਕ ਰਾਜ ਦਾ ਤਕਾਜਾ ਹੀ ਹੁੰਦਾ ਵੀ ਆਪਾਂ ਲੋਕਾਂ ਚ ਜਾਈਏ ਸੋ ਲੋਕਾਂ ਮੁਰੇ ਇਹ ਗੱਲ ਰੱਖ ਰਿਹਾ ਇਹ ਸਸਪੈਂਸ਼ਨ ਮੇਰੇ ਵਾਸਤੇ ਜਿਹੜਾ ਸਸਪੈਂਡ ਹੈ ਕੋਈ ਵੱਡੀ ਗੱਲ ਨਹੀਂ ਇਹ ਮੈਨੂੰ ਪਤਾ ਸੀ ਜਦੋਂ ਮੈਂ ਇਹ ਕੰਮ ਕਰੂੰਗਾ ਥੋੜਾ ਸਿਰ ਉੱਚਾ ਚੱਕ ਕੇ ਕੰਮ ਕਰੂੰਗਾ ਤਾਂ ਇਹ ਕਾਰਵਾਈਆਂ ਹੋਣਗੀਆਂ ਸੋ ਤੁਹਾਡੇ ਚੈਨਲ ਤੇ ਕੀ ਕੋਈ ਬਰਗਲ ਗੱਲ ਕਰਾਂ ਛੋਟੀ ਗੱਲ ਹੋ ਜੇ ਮੈਂ ਇਹਨਾਂ ਦੇ ਥੱਲੇ ਲੱਗ ਕੇ ਚੱਲਦਾ ਤਾਂ ਸਭ ਕੁਝ ਓਕੇ ਸੀਗਾ ਸੋ ਇਹ ਪਿੰਡ ਨੂੰ ਨੀਚੋ ਕੰਨ ਦਿੱਤਾ ਠੀਕ ਹੈ ਭਾਈ ਇਹ ਧੰਨਵਾਦ ਤੁਹਾਡਾ ਅਸੀਂ ਪੱਖ ਜਾਣਿਆ ਅਫਸਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਸਰਪੰਚ ਦਾ ਪੱਖ ਅਸੀਂ ਸੁਣਿਆ ਨਾਲ ਪੰਚਾਇਤ ਵੀ ਖੜੀ ਆ ਪੰਚਾਇਤ ਦਾ ਹੀ ਪੱਖ ਸੋਣਿਆ ਪਿੰਡ ਵਾਸੀ ਨੇ ਹੋਰ ਵੀ ਸਰਪੰਚ ਦਾ ਕਹਿਣਾ ਕਿ ਇਹ ਇਲਜ਼ਾਮ ਝੂਠੇ ਲਾਏ ਜਾ ਰਹੇ ਨੇ ਇਹ ਸਿਆਸੀ ਰੰਜਿਸ਼ ਆ ਹਾਂ ਬਿਲਕੁਲ ਹੋ ਸਕਦਾ ਕਿਉਂਕਿ ਜ਼ਿਆਦਾਤਰ ਇਹ ਜੇ ਮਸਲੇ ਜਦੋਂ ਸਰਕਾਰਾਂ ਬਦਲਦੀਆਂ ਨੇ ਸਰਪੰਚ ਦੂਜੀਆਂ ਪਾਰਟੀਆਂ ਨਾਲ ਐਸੋਸੀਏਟ ਹੁੰਦੇ ਨੇ ਉਹਨਾਂ ਨਾਲ ਜੁੜੇ ਹੁੰਦੇ ਨੇ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਇਹ ਜੀਆਂ ਕਾਰਵਾਈਆਂ ਹੁੰਦੀਆਂ ਨੇ ਜ਼ਿਆਦਾਤਰ ਇਹ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਪਰ ਜੇ ਕੀਤੀਆਂ ਜਾਂਦੀਆਂ ਨੇ ਤਾਂ ਇਕੱਲਾ ਸਰਪੰਚ ਹੀ ਕਿਉਂ ਮੰਨ ਲਓ ਜੇ ਇਹ ਸਰਪੰਚ ਦੋਸ਼ੀ ਨੇ ਤਾਂ ਫਿਰ ਕੀ ਜਾਰਾ ਸਮਾ ਇਹ ਇੰਨਾ ਵੇਲੇ ਅ ਸਰਕਾਰ ਰਹੀ ਉਦੋਂ ਪੰਚਾਇਤ ਮੰਤਰੀ ਕਿਹੜੇ ਸੀਗੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸੀਗੇ ਤਾਂ ਫਿਰ ਕੱਲੇ ਸਰਪੰਚਾਂ ਤੇ ਹੀ ਕਾਰਵਾਈਆਂ ਕਿਉਂ ਤਾਂ ਜਿਹੜੇ ਉੱਪਰ ਸੱਤਾ 'ਚ ਬੈਠੇ ਲੋਕ ਆ ਜਿਹੜੇ ਸੱਤਾ ਮਾਣ ਰਿਹਾ ਕੀ ਬਰਾਬਰ ਜੇ ਇਹ ਦੋਸ਼ੀ ਨੇ ਤਾਂ ਫਿਰ ਜਿਵੇਂ ਕਿਹਾ ਜਾਂਦਾ ਕਿ ਹਿਸਾਬਪਤੀ ਤਾਂ ਉੱਪਰ ਤੱਕ ਜਾਂਦੀ ਆ ਤਾਂ ਫਿਰ ਜਿਹੜੇ ਉੱਪਰ ਅਫਸਰ ਬੈਠੇ ਨੇ ਉੱਪਰ ਲੀਡਰ ਬੈਠੇ ਨੇ ਤਾਂ ਫਿਰ ਉਹ ਦੋਸ਼ੀ ਕਿਉਂ ਨਹੀਂ ਹੋਏ ਸੋ ਜੇ ਕੋਈ ਕਰਾਪਟ ਹੈ ਤਾਂ ਉਹਨੂੰ ਅਗਲੀ ਵਾਰ ਨਾ ਚੁਣੋ ਤਾਂ ਸਾਡੇ ਲੋਕਾਂ ਨੂੰ ਇਹੀ ਅਪੀਲ ਆ ਕਿ ਜੇ ਤੁਹਾਨੂੰ ਅਖੇ ਅੱਜ ਲੱਗਦਾ ਕਿ ਇਹ ਜਿਹੇ ਬੰਦੇ ਜਿਹੜੇ ਕਰਪਸ਼ਨ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਅਗਲੀ ਵਾਰ ਹਟਾਓ ਤੇ ਇਮਾਨਦਾਰ ਬੰਦੇ ਹੀ ਚੁਣੋ